ना तो वाल झड़न, ना तो वाल टुटन, ना जी दो मूहे होणगे, ते जी बाल जे चिट्टे आ रहे ने उम्र के हिसाब नाल तुहाडे वो भी काले हो जाते। जिहड़े मोटा हो गया बंदा, आपां कहिंदे आ जी ये रज्जे पुज्जे घर दा जी हैल्दी है, साडे लोकां दी धारणा इह आ जी 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 बई जी खाने बड़े पीने तगड़े घर दा, जी करता बड़ा हैल्दी है, बड़ा वधिया खाणा पीणा होऊगा, जी जी जदकि उह कुपोषण दा शिकार हुंदा, उहनूं सही पोषक तत् नहीं मिले हुंदे। जिद्दण तों तुसीं खाणा शुरू कर लिया, तुसीं एक हफ्ते दे विच आपदियां दवाइयां चक के डस्टबीन च सिट्टण लग जाओ। मेरी यह गरंटी आ, रिजल्ट आप लोगों को दसते फिरोंगे, किन्नी जा सकती थोड़ी कमजोर होंगी जाती होवे, तो जी हर चीज़ याद रहेगी। ऑक्सीजन का जोड़ा लैवल आ घट रहा वा, उन्होंने थोड़े तो बधाओ। जी जोड़े दमे के मरीज ने भी सिर्फ 3-4 हफ्तों ही 75% ठीक हो गए थे। देखो जी, आपां कपड़ा खरीदन जाने हां, चाहे आपां जुत्ती खरीदते हैं, उहदा आपां ब्रांड देखते हैं, क्वालिटी देखते हैं, तो ये तो अपनी सेहत वास्ते आ। सो अपने पेट के, अपनी बॉडी के जिहड़े दोस्त बनना, ना कि दुश्मन। ये चेक करया करो कि असीं अपनी बॉडी के अंदर की सुट रहे हैं, जिन्हों की अपनी सेहत की फिक्र आ, अपनी फैमिली की फिक्र आ। वो कला बूटा एक बंदे वास्ते नहीं आ, पूरे तेरे परिवार को जोड़ा वो ठीक कर सकता। ये मेरे यह कल्ले का दर्द नहीं होना, जी ये वीडियो देखने वाले लखां लोगों की यह बहुत प्रॉब्लम आ बहुत, भी। अपना गाने वास्ते, फिल्मों वास्ते इन्ना टाइम कढ़ते हैं, तो तुम 15 मिनट अपनी शरीर की जानकारी लैन वास्ते भी कढ़ सकते हो। हेलो फ्रेंड्स, सत श्री अकाल, नमस्ते, आदाब, राम राम, जय माता दी। कैसे हो, सा स्वागत है तुहाडा सारयां दा मेरे चैनल रूप ब्लॉगर ते। तो फ्रेंड्स, शुरू कर लगे आपां अज्ज दी वीडियो। अज्ज दी वीडियो जिहड़ी बहुत जानकारी भरी होण वाली है, क्योंकि आम ही हर घर दे विच कुछ ना कुछ प्रॉब्लम रहिंदी आ। हर घर दे विच दवाइयां हुंदियां ही हुंदियां ने, किसे नूं जोड़ां दे दर्द आ, किसे नूं निगाह दी कमजोरी आ, किसे नूं पेट दी, किसे नूं सिर दी, कोई ना कोई प्रॉब्लम हुंदी हुंदी आ। ते ज्यादातर घरां दे विच प्रॉब्लम हुंदी आ कि थकान, ਜਿਵੇਂ ਅਨਿੰਦਰਾ, ਇਹੋ ਜਿਹੀਆਂ ਚੀਜ਼ਾਂ, ਯਾਨੀ ਕਿ ਇਮਿਊਨਿਟੀ ਸਿਸਟਮ ਉਹਨਾਂ ਦਾ ਜਿਹੜਾ ਡਾਊਨ ਹੋ ਜਾਂਦਾ, ਉਹਨੂੰ ਮਜ਼ਬੂਤ ਕਰਨ ਵਾਸਤੇ ਜ਼ਿਆਦਾਤਰ ਕੀ ਕਰਦੇ ਆ ਆਪਾਂ, ਦਵਾਈਆਂ ਲੈਂਦੇ ਹਾਂ, ਨਹੀਂ ਤਾਂ ਹਰਬਲ ਜਿਹੜੇ ਪ੍ਰੋਡਕਟ ਉਹ ਲੈਂਦੇ ਹਾਂ। ਹਰਬਲ ਪ੍ਰੋਡਕਟ ਕਿਹਾ ਜਾਂਦਾ ਜੜੀ ਬੂਟੀ, ਯਾਨੀ ਕਿ ਹਰਬਲ ਜੜੀ ਬੂਟੀ, ਪਰ ਉਹਦੇ ਵਿੱਚ ਵੀ ਕੈਮੀਕਲ ਪਾਏ ਜਾਂਦੇ ਨੇ। ਸੋ ਆਪਾਂ ਅੱਜ ਇਹੋ ਜਿਹੀ ਚੀਜ਼ ਲੈ ਕੇ ਆਏ ਹਾਂ ਜਿਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਆ, ਤੁਹਾਨੂੰ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਪਊਗੀ। ਕੋਈ ਵੀ ਪ੍ਰੋਬਲਮ ਆ, ਚਾਹੇ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੋਈ ਵੀ ਦਿੱਕਤ ਆ, ਕੋਈ ਵੀ ਪ੍ਰੋਬਲਮ ਆ, ਉਹ ਇਹ ਜਿਹੜੀ ਚੀਜ਼ ਆ ਉਹ ਬਿਲਕੁਲ ਤੁਹਾਡੀ ਠੀਕ ਕਰ ਦੂਗੀ। ਕੋਈ ਵੀ ਇਹਦਾ ਨੁਕਸਾਨ ਨਹੀਂ ਆ ਕਿ ਤੁਸੀਂ ਹੋਰ ਕੋਈ ਪ੍ਰੋਡਕਟ ਖਾ ਰਹੇ ਹੋ ਉਹਦਾ ਨੁਕਸਾਨ ਹੁੰਦਾ, ਕੋਈ ਮੈਡੀਸਿਨ ਖਾ ਰਹੇ ਹੋ ਉਹਦਾ ਨੁਕਸਾਨ ਹੁੰਦਾ। ਬਟ ਜਿਹੜੀ ਚੀਜ਼ ਅੱਜ ਆਪਾਂ ਲੈ ਕੇ ਆਏ ਹਾਂ, ਜਿਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ, ਉਹ ਤੁਹਾਨੂੰ ਵਿੱਚ ਇਹ ਵੀ ਜਾਣਕਾਰੀ ਦੇਵਾਂਗੇ ਤੁਸੀਂ ਖੁਦ ਵੀ ਤਿਆਰ ਕਰ ਸਕਦੇ ਹੋ, ਯਾਨੀ ਕਿ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਪੈਂਦਾ ਹੈਗਾ, ਤੇ ਤਾਜ਼ਾ ਉਸ ਚੀਜ਼ ਨੂੰ ਤੁਸੀਂ ਬਣਾ ਕੇ ਘਰੇ ਵੀ ਖਾ ਸਕਦੇ ਹੋ। ਜੇ ਤੁਸੀਂ ਘਰੇ ਨਹੀਂ ਬਣਾ ਕੇ ਖਾਣਾ, ਤੇ ਆਪਾਂ ਉਹ ਜਿਹੜੀ ਚੀਜ਼ ਆ ਤੁਹਾਨੂੰ ਕਿੱਥੋਂ ਮਿਲਦੀ, ਉਹ ਵੀ ਆਪਾਂ ਤੁਹਾਨੂੰ ਦੱਸ ਦਾਂਗੇ, ਉਹਦੀ ਪਹਿਲਾਂ ਪੂਰੀ ਸਾਰੀ ਜਾਣਕਾਰੀ ਦੇਵਾਂਗੇ। ਤੇ ਜਾਣਕਾਰੀ ਦੇਣ ਵਾਸਤੇ ਆਪਾਂ ਨੂੰ ਆਪਣੇ ਕੋਲ ਹਾਜ਼ਰ ਹੋਏ ਨੇ ਮਨਜੀਤ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ। ਜੀ ਤੁਹਾਡਾ ਭਾਜੀ, ਆਪਾਂ ਜਿਵੇਂ ਆਪ ਥੋੜੇ ਦਿਨ ਪਹਿਲਾਂ ਪਾਈ ਸੀਗੀ ਨਿਗਾਹ ਤੇ ਵੀਡੀਓ ਪਾਈ ਸੀਗੀ, ਉਹਦੇ ਵਿੱਚ ਆਪਾਂ ਸਾਰੀ ਦਵਾਈ ਦੇ ਨਾਂ ਦੱਸੇ। ਚਲੋ ਜਿਨ੍ਹਾਂ ਨੇ ਨਹੀਂ ਵੀਡੀਓ ਵੇਖਣੀ, ਬਾਰ ਬਾਰ ਉਹੀ ਕਮੈਂਟ ਕਰਦੇ ਨੇ ਵੀ ਕੀ ਨਾਮ ਆ, ਕੀ ਨਾਮ ਆ ਦਵਾਈਆਂ ਦੇ। ਬਾਕੀ ਜਿਨ੍ਹਾਂ ਨੇ ਜਾਣਕਾਰੀ ਪੂਰੀ ਲਈ ਆ, ਇੱਕ ਚੀਜ਼ ਦੀ ਆਪਾਂ ਉਹਦੇ ਵਿੱਚ, ਯਾਨੀ ਕਿ ਜਿਹਨੂੰ ਲੋਕੀ ਆਮ ਸੁਹੰਜਣਾ ਕਹਿੰਦੇ ਨੇ, ਆਪਾਂ ਉਹਨੂੰ ਮਰਿੰਗਾ ਓਲੀਫੇਰਾ ਕਹਾਂਗੇ, ਕਿਉਂਕਿ ਆਪਾਂ ਨੂੰ ਉਸ ਚੀਜ਼ ਦਾ ਪਤਾ ਕਿ ਸੁਹੰਜਣਾ ਤੇ ਓਲੀਫੇਰਾ ਜਿਹੜਾ ਵਾ ਫਰਕ ਹੁੰਦਾ। ਤੇ ਸੋ ਉਹ ਸਵਾਲ ਮੈਨੂੰ ਆ ਰਹੇ ਸੀ ਕਿ ਮੈਡਮ ਇਹ ਕੀ ਚੀਜ਼ ਆ ਪੈਕੇਟ 'ਚ, ਚਾਹੇ ਇਹ ਕਾਹਦੇ ਵਾਸਤੇ ਆ, ਚਾਹੇ ਇਹਨੂੰ ਖਾਣਾ ਕਿਸ ਤਰ੍ਹਾਂ ਵਾ। ਅੱਜ ਆਪਾਂ ਉਹ ਸਾਰੀ ਡਿਟੇਲ ਦੇ ਵਿੱਚ ਵੀਡੀਓ ਸਾਰੀ ਬਣਾਵਾਂਗੇ। ਵੈਸੇ ਚੈਨਲ ਤੇ ਪਹਿਲਾਂ ਵੀ ਅਸੀਂ ਜਿਹੜੀ ਓਲੀਫੇਰਾ ਦੇ ਸਾਰੇ ਫਾਇਦੇ ਤੇ ਇਹਦੀ ਨਿਊਟ੍ਰੀਸ਼ਨ ਮਾਤਰਾ, ਚਾਹੇ ਇਹਦੀ ਇਮਿਊਨਿਟੀ ਸਿਸਟਮ ਮਜ਼ਬੂਤ ਕਰਨਾ ਕਿੱਦਾਂ, ਸਾਰਾ ਕੁਝ ਹੀ ਆਪਾਂ ਡਿਟੇਲ ਦੇ ਵਿੱਚ ਦੱਸਿਆ। 1 ਸਾਲ ਹੋ ਗਿਆ ਵੀਡੀਓ ਪਾਈ ਨੂੰ, ਬਟ ਅੱਜ ਆਪਾਂ ਜਿਹੜਾ ਵਾ ਫਿਰ ਦੁਬਾਰਾ ਤੋਂ ਤੁਹਾਨੂੰ ਦੱਸਾਂਗੇ, ਤੇ ਨਾਲੇ ਕਿ ਉਦੋਂ ਕਿਹੜਾ ਸੀਗਾ ਮਰਿੰਗਾ ਓਲੀਫੇਰਾ ਤੇ ਹੁਣ ਕਿਹੜਾ ਵਾ, ਉਹਦੀ ਵੀ ਆਪਾਂ ਤੁਹਾਨੂੰ ਅੰਤਰ ਵੀ ਦੱਸਾਂਗੇ ਤੇ ਜਾਣਕਾਰੀ ਵੀ ਦੇਵਾਂਗੇ। ਸੋ ਭਾਜੀ, ਇਹਦੇ ਤੇ ਅੱਜ ਡਿਟੇਲ ਤੇ ਜਾਣਕਾਰੀ ਦਿਓ ਸਾਨੂੰ ਕਿ ਇਹ ਕਾਹਦੇ ਵਾਸਤੇ ਵਰਤਿਆ ਜਾਂਦਾ ਵਾ। ਤੇ ਇੱਕ ਜ਼ਿਆਦਾ ਸਵਾਲ ਇਹ ਆਉਂਦਾ ਮੈਨੂੰ ਕਿ ਸੁਹੰਜਣਾ ਤੇ ਮੁਰਿੰਗਾ ਜੀ ਇੱਕੋ ਹੀ ਆ? ਕਈ ਕਹਿ ਦਿੰਦੇ ਨੇ, ਜਿਵੇਂ ਹੁਣ ਆਪਾਂ ਕਹਿੰਦੇ ਹਾਂ ਜੀ ਮੁਰਿੰਗਾ ਜਿਹੜਾ ਵਾ ਉਹ ਚੁਟਕੀ ਤੋਂ ਸਟਾਰਟ ਕਰਨਾ ਆਪਾਂ ਖਾਣਾ, ਤੇ ਕਈ ਕਹਿ ਦਿੰਦੇ ਅਸੀਂ 2-2 ਚਮਚ ਸੁਹੰਜਣਾ ਖਾਂਦੇ ਹਾਂ ਜੀ, ਸਾਨੂੰ ਤਾਂ ਕੁਛ ਨਹੀਂ ਹੁੰਦਾ, ਤੁਸੀਂ ਇਦਾਂ ਕਹਿੰਦੇ ਹੋ। ਉਹ ਥੋੜਾ ਜਿਹਾ ਅੰਤਰ ਪਹਿਲਾਂ ਦੱਸੋ ਕਿ ਮੁਰਿੰਗਾ ਕੀ ਚੀਜ਼ ਆ ਪਹਿਲਾਂ, ਤੇ ਇਹ ਦੱਸੋ ਕਿ ਮੁਰਿੰਗਾ ਤੇ ਸੁਹੰਜਣਾ ਦੇ ਵਿੱਚ ਜਿਹੜਾ ਵਾ ਉਹ ਸਾਨੂੰ ਫਰਕ ਵੀ ਦੱਸੋ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸੁਣਨ ਵਾਲੇ ਸਰੋਤਿਆਂ ਦਾ ਧੰਨਵਾਦ ਕਰਦਾ ਜੀ। ਉਸ ਤੋਂ ਬਾਅਦ ਆਪਾਂ ਸ਼ੁਰੂਆਤ ਕਰਦੇ ਹਾਂ ਜੀ। ਮੁਰਿੰਗਾ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਸੁਹੰਜਣੇ ਨੂੰ ਜੀ, ਪਰ ਜੀ ਹੁਣ ਇਹਦੇ 'ਚ ਫਰਕ ਕੀ ਆ ਇਹ ਗੱਲ ਕਲੀਅਰ ਹੋਣੀ ਜ਼ਰੂਰੀ ਆ ਵੀ ਸੁਹੰਜਣਾ ਹੀ ਮੁਰਿੰਗਾ। ਇਹ ਮੈਨੂੰ ਕਈ ਵਾਰ ਸਵਾਲ ਆਇਆ ਵੀ ਜੀ ਚੀਜ਼ ਤਾਂ ਇੱਕੋ ਹੀ ਆ। ਹਾਂ, ਚੀਜ਼ ਇੱਕੋ ਹੀ ਆ ਜੀ, ਸੁਹੰਜਣਾ ਅਤੇ ਮੁਰਿੰਗਾ, ਪਰ ਇਹਦੀਆਂ ਜਿਹੜੀਆਂ ਕਿਸਮਾਂ
वड्डी गल आ भी इहदियां किस्मां किन्नियां ने। मैं वो पहले वाली वीडियो च आपां दस्सिया भी 18 किस्मां तां मैनूं पता वा जी, जिहड़ियां आपां इहदियां दस्सियां सीगियां। ਆਪਾਂ ਕਿਹੜੀ ਕਿਸਮ ਵਰਤਦੇ ਆ ਇਹਦੀ, ਆਪਾਂ ਉਹ ਵੀ ਦੱਸਿਆ ਸੀ ਵੀ PKM1 ਅਸੀਂ ਇਹਦੀ ਕਿਸਮ ਦੀ ਖੇਤੀ ਕਰਦੇ ਆ ਜੀ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਅੰਬ ਤਾਂ ਕੋਈ ਕਹਿੰਦਾ ਵੀ ਮੈਂ ਅੰਬ ਖਾਧਾ ਹੈ ਜੀ। ਸੋ ਅੰਬ ਦੀਆਂ ਜਿਵੇਂ 1500 ਜਿਹੜੀਆਂ ਕਿਸਮਾਂ ਹੁੰਦੀਆਂ ਜਿਹੜੀ ਆਪਣੇ ਇੱਥੇ ਭਾਰਤ ਦੇ ਵਿੱਚ ਪਾਈਆਂ ਜਾਂਦੀਆਂ ਨੇ, ਜਿਹੜੀ ਸੁਹੰਜਣਾ ਜਿਹਨੂੰ ਆਪਾਂ ਕਹਿ ਦਿੰਦੇ ਆ ਜਾਂ ਮੋਰਿੰਗਾ ਓਲੀਫੇਰਾ, ਇਹਨਾਂ ਦੀਆਂ ਜਿਹੜੀਆਂ ਕਿਸਮਾਂ ਹੁੰਦੀਆਂ ਨੇ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ। ਸੋ ਜਿਹੜੀ ਕਿਸਮ ਦੀ ਅੱਜ ਆਪਾਂ ਗੱਲ ਕਰਾਂਗੇ ਉਹ ਭਾਜੀ ਦੱਸਣਗੇ ਆਪਾਂ ਨੂੰ ਜੀ। ਇੱਕ ਇਹਦੇ 'ਚ ਇਹ ਵੀ ਗੱਲ ਆ ਵੀ ਇਹਦੀਆਂ ਸਾਰੀਆਂ ਕਿਸਮਾਂ ਖਾਣ ਯੋਗ ਵੀ ਨਹੀਂ ਹੁੰਦੀਆਂ। अच्छा ਹੁਣ ਤੱਕ ਇਹ ਗੱਲ ਕੋਈ ਨਹੀਂ ਦੱਸਦਾ ਜੀ। ਹਾਂ ਸਾਰੀਆਂ ਕਿਸਮਾਂ ਦੀਆਂ ਨਹੀਂ ਖਾਣ ਯੋਗ ਹੁੰਦੀਆਂ, ਜਿਹੜੀ ਬਹੁਤ ਜ਼ਿਆਦਾ ਕੌੜੀ ਕਿਸਮ ਆ ਉਹਦਾ ਬਿਲਕੁਲ ਹੀ ਨਹੀਂ ਖਾ ਸਕਦੇ ਤੁਸੀਂ ਜੀ। ਆਮ ਹੀ ਕਹਿ ਦਿੰਦੇ ਸੜਕਾਂ ਤੇ ਲੱਗਿਆ ਜੀ ਅਸੀਂ ਤੋੜ ਕੇ ਲਿਆਏ ਖਾ ਕੇ। ਆਮ ਸੜਕਾਂ ਤੇ ਲੱਗਿਆ, ਹੁਣ ਇਹਦਾ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਆਮ ਸੜਕਾਂ ਤੇ ਲੱਗਿਆ ਜੀ, ਜਿਹੜਾ ਹੁਣ PKM1 ਕਿਸਮ ਆ ਇਹਦੇ ਤੇ ਆਪਾਂ ਪਹਿਲਾਂ ਵੀ ਦੱਸਿਆ ਵੀ ਇਹਦੇ ਤੇ 6 ਵਾਰ ਸਟੱਡੀ ਹੋ ਕੇ ਇਹ ਫੇਰ ਪੌਦਾ ਤਿਆਰ ਹੋਇਆ ਜੀ। ਤੇ ਹੁਣ ਜਿਹੜਾ ਆਮ ਸੜਕਾਂ ਤੇ ਲੱਗਿਆ ਆਪਾਂ ਉਹਨੂੰ ਇਹ ਕਹਿ ਸਕਦੇ ਹਾਂ ਵੀ ਜਿਵੇਂ ਹੁਣ ਇੱਕ ਆਮ ਘਰ ਦੇ ਵਿੱਚ ਮਰੂਤੀ ਕਾਰ ਖੜੀ ਹੋਵੇ ਤੇ ਦੂਸਰੇ ਪਾਸੇ ਓਡੀ ਕਾਰ ਖੜੀ ਹੋਵੇ ਜੀ ਜੀ, ਹੁਣ ਮਰੂਤੀ ਕਾਰ ਓਡੀ ਕਾਰ ਦਾ ਮੁਕਾਬਲਾ ਤਾਂ ਕਦੇ ਨਹੀਂ ਕਰ ਸਕਦੇ ਜੀ। ਨਹੀਂ, ਇਸੇ ਤਰ੍ਹਾਂ ਆਮ ਜਿਹੜੇ ਰੁੱਖ ਖੜੇ ਨੇ ਸੁਹੰਜਣੇ ਦੇ ਉਹ ਕਦੇ ਵੀ ਇਸ ਚੀਜ਼ ਦਾ ਮੁਕਾਬਲਾ ਨਹੀਂ ਕਰ ਸਕਦੇ ਜਿਹੜਾ PKM1 ਕਿਸਮ ਜੀ, ਕਿਉਂਕਿ ਮੈਂ ਅੱਜ ਤੱਕ ਬਹੁਤ ਸਾਰੀਆਂ ਇਹਦੀਆਂ ਕਿਸਮਾਂ ਵਰਤ ਲਈਆਂ ਨੇ ਜੀ। 3-4 ਕਿਸਮਾਂ ਤਾਂ ਮੇਰੇ ਕੋਲ ਆਪਦੇ ਕੋਲ ਬੀਜੀਆਂ ਹੋਈਆਂ ਨੇ ਸਿਰਫ ਦਿਖਾਉਣ ਦੀ ਖਾਤਰ ਹੀ ਲੋਕਾਂ ਨੂੰ ਜੀ, ਕਿਉਂਕਿ ਮੈਨੂੰ ਕਈ ਕਹਿ ਜਾਂਦੇ ਆ ਜੀ ਫਿਰ ਇਹਦੇ 'ਚ ਸਾਨੂੰ ਫਰਕ ਦੱਸੋ ਜੀ, ਸਾਡੇ ਘਰ ਖੜਾ ਫੋਟੋ ਕਰਕੇ ਭੇਜਦੇ ਆ ਜੀ। ਉਹ ਜਿਹੜੇ ਮੇਰੇ ਕੋਲ ਖੜੇ ਮੈਂ ਕਹਿੰਦਾ ਜੀ ਇਹਨਾਂ 4 ਜੀ ਦੱਸ ਦਿਓ ਤੁਸੀਂ। ਅੱਛਾ, ਕਿਉਂਕਿ ਕੋਲ ਖੜੇ ਪੌਦਿਆਂ ਦੇ ਵਿੱਚ ਵੀ ਤੁਹਾਨੂੰ ਕੋਈ ਪੱਤਿਆਂ 'ਚ ਫਰਕ ਨਹੀਂ ਲੱਗੂਗਾ। ਅੱਛਾ ਜੀ, ਇਹ ਕੋਈ ਜਾਣਕਾਰੀ ਪਤਾ ਲਾ ਸਕਦਾ ਕਿ ਜੀ ਜੀ ਕੀ ਫਰਕ ਹੈ ਇਹਨਾਂ 'ਚ? ਬਿਲਕੁਲ, ਤੇ ਇਹ ਆ ਵੀ ਇਹਨੂੰ ਸਮਝਣ ਦੀ ਲੋੜ ਆ ਪਹਿਲਾਂ ਵੀ ਅਸੀਂ ਕੁਆਲਿਟੀ ਕਿਹੜੀ ਵਰਤਣੀ ਆ ਕਿਹੜੀ ਨਹੀਂ ਵਰਤਣੀ, ਅਸੀਂ ਮਰੂਤੀ ਕਾਰ ਵਰਤਣੀ ਆ ਕਿ ਅਸੀਂ ਓਡੀ ਦੀ ਸਵਾਰੀ ਕਰਨੀ ਆ, ਹੁਣ ਲੋਕਾਂ ਦੇ ਸਿਰ ਤੇ ਜੀ ਜੀ। ਤੇ ਬਾਕੀ ਪਹਿਲਾਂ ਆਪਾਂ ਮੈਂ ਚਾਹੁੰਦੀ ਹਾਂ ਕਿ ਆਪਾਂ ਪਛਾਣ ਕਰਾ ਦਈਏ ਕਿ ਆਪਾਂ ਗੱਲ ਕਿਹਦੇ ਬਾਰੇ ਕਰ ਰਹੇ ਹਾਂ, ਕਿਉਂਕਿ ਅਗਲਿਆਂ ਨੇ ਫੇਰ ਸਕਿਪ ਤਾਂ ਕਰ ਹੀ ਦੇਣੀ ਆ, ਵੀਡੀਓ ਚੁੱਕ ਕੇ ਕਹਾਂ ਕਰ ਲੈਣਗੇ। ਤੇ ਸੋ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਪਾਂ ਕਿਹੜੀ ਪੈਕਟ ਦੀ ਗੱਲ ਕਰ ਰਹੇ ਹਾਂ। ਜਿਹੜੇ ਉਸ ਦਿਨ ਮੈਨੂੰ ਸਵਾਲ ਆ ਰਹੇ ਸੀ ਵੀ ਇੱਕ ਮੈਡਮ ਇਹ ਪੈਕਟ ਕਰਦਾ ਵਾ, ਇਹਦੇ ਵਿੱਚ ਆਗਾ ਮੋਰਿੰਗਾ ਓਲੀਫੇਰਾ ਦਾ ਜਿਹੜਾ ਪਾਊਡਰ ਆ ਉਹ ਭਾਜੀ ਨੇ ਤਿਆਰ ਕੀਤਾ ਵਾ, ਸੋ ਇਹ ਜਿਹੜਾ ਕਿਹੜੀ ਕਿਹੜੀ ਬਿਮਾਰੀ ਵਾਸਤੇ ਵਰਤਿਆ ਜਾਂਦਾ ਉਹਦੀ ਆਪਾਂ ਜਾਣਕਾਰੀ ਲੈਣੇ ਆ ਭਾਜੀ, ਵੀ ਇਹਦੇ ਸਰੀਰ ਦੇ ਵਿੱਚ ਕਿਹੜੀ ਕਿਹੜੀ ਬਿਮਾਰੀ ਨੂੰ ਠੀਕ ਕਰਨ ਦੀ ਸ਼ਮਤਾ ਰੱਖਦਾ ਜੀ। ਜੇ ਆਪਾਂ ਇਹਦੀ ਸਭ ਤੋਂ ਪਹਿਲਾਂ ਗੱਲ ਕਰੀਏ, ਜਿਵੇਂ ਹੁਣ ਲੱਖਾਂ ਕਰੋੜਾਂ ਰੁਪਇਆ ਸਿਰ ਦੇ ਵਾਲਾਂ ਤੇ ਲੱਗ ਰਿਹਾ ਜੀ ਜੀ, ਜਿਹਦੇ ਵਾਲ ਲੈ ਜਾਂਦੇ ਆ ਉਹਨੂੰ ਪਤਾ ਵੀ ਫਿਰ ਉਹਦੇ ਲੱਖਾਂ ਰੁਪਇਆ ਕਿਵੇਂ ਲੱਗਦਾ ਵਾ ਵਾਲ ਲਿਆਉਣ ਲਈ ਜੀ। ਬਹੁਤ ਮਹਿੰਗੇ ਮਹਿੰਗੇ ਪ੍ਰੋਡਕਟ ਬਹੁਤ ਮਹਿੰਗੇ ਮਹਿੰਗੇ ਤੇਲ ਤਿਆਰ ਕਰੇ ਪਏ ਨੇ ਜੀ, ਪਰ ਉਹਨਾਂ ਸਭ ਚੀਜ਼ਾਂ ਤੋਂ ਇਕੱਲਾ ਹੀ ਬਚਾ ਸਕਦਾ, ਨਾ ਤੁਹਾਡੇ ਵਾਲ ਝੜਨ ਨਾ ਤੁਹਾਡੇ ਵਾਲ ਟੁੱਟਣ ਨਾ ਦੋ ਮੂੰਹੇ ਹੋਣਗੇ ਜੀ, ਤੇ ਵਾਲ ਜਿਹੜੇ ਚਿੱਟੇ ਆ ਰਹੇ ਨੇ ਉਮਰ ਦੇ ਹਿਸਾਬ ਨਾਲ ਤੁਹਾਡੇ ਉਹ ਵੀ ਕਾਲੇ ਹੋ ਜਾਂਦੇ। ਇਦਾਂ ਦੀ ਚੀਜ਼ ਕੁਦਰਤ ਨੇ ਤਿਆਰ ਕਰਕੇ ਸਾਨੂੰ ਦਿੱਤੀ ਆ, ਕਿਉਂਕਿ B6 ਤੇ B7 ਇਹਦੇ ਚ ਵਿਟਾਮਿਨ ਬਹੁਤ ਹੁੰਦਾ, ਇਹ ਵਾਲਾਂ ਲਈ ਬਹੁਤ ਜ਼ਰੂਰੀ ਆ ਜੀ। ਵਾਲਾਂ ਵਾਸਤੇ ਤੇ ਜਿਹੜੀ ਲੇਡੀਜ਼ ਆ ਉਹ ਪਾਗਲ ਹੋਈ ਫਿਰਦੀਆਂ ਹੁੰਦੀਆਂ। ਮੈਂ ਇਹ ਥੋੜੇ ਦਿਨ ਇੱਕ ਦੁਕਾਨ ਤੇ ਗਈ ਤੇ ਉਹ ਵਾਲ ਝੜਨ ਦੀ ਰੋਕਥਾਮ ਵਾਸਤੇ ਤੇਲ ਲੈਣ ਆਇਆ ਸੀਗੇ, ਤੇ ਇੰਨੀ ਸ਼ੀਸ਼ੀ ਜਿਹੜੀ ਉਹ 400 ਰੁਪਏ ਦੀ ਉੱਥੋਂ ਮਿਲੀ ਉਹਨਾਂ ਨੂੰ, ਤੇ ਮੈਂ ਦੇਖ ਕੇ ਹੈਰਾਨ ਸੀ ਵੀ ਇਹ 400 ਰੁਪਏ ਨਾਲ ਜਿਹੜਾ ਮਾੜਾ ਬੰਦਾ ਵਾ ਉਹ ਸਾਰਾ ਟੱਬਰ ਪਾਲ ਲੈਂਦਾ ਆਪਣਾ ਘਰ ਦਾ ਖਰਚਾ, ਤੇ ਇਹਨਾਂ ਨੇ ਇਕੱਲੇ ਵਾਲਾਂ ਤੇ 400 ਲਾਉਣਾ। ਇਹ ਤਾਂ ਆਪਾਂ ਆਮ ਦੁਕਾਨ ਦੀ ਗੱਲ ਕਰੀ ਆ, ਜਦੋਂ ਤੁਸੀਂ ਥੋੜਾ ਜਿਹਾ ਮੌਲਾਂ 'ਚ ਨੂੰ ਜਾਓ 4000 ਛੱਡੋ 4000 10000 20000 ਦੇ ਪ੍ਰੋਡਕਟ ਪਏ ਆ ਵਾਲਾਂ ਵਾਸਤੇ ਜਿਹੜੇ ਲੋਕ ਵਰਤਦੇ ਆ, ਇਹ ਤਾਂ 400-500 ਵਾਲੀਆਂ ਗੱਲਾਂ ਤਾਂ ਬਹੁਤ ਥੱਲੇ ਰਹਿੰਦੀਆਂ ਜੀ, ਮੈਨੂੰ ਉਹੀ ਸੁਣ ਕੇ ਬਹੁਤ ਹੈਰਾਨੀ ਹੋਈ ਆ। ਉਸ ਤੋਂ ਬਾਅਦ ਜਿਵੇਂ ਹੁਣ ਇਹਨੇ ਵਾਲਾਂ ਤੇ ਕੰਮ ਕਰਨਾ ਬਹੁਤ ਵਧੀਆ ਵਾਲਾਂ ਵਾਸਤੇ, ਦੂਸਰਾ ਕੰਨਾਂ ਵਾਸਤੇ ਵੀ ਬਹੁਤ ਵਧੀਆ ਹੈ, ਕਿਉਂਕਿ ਜਦੋਂ ਤੁਹਾਡੇ ਪੋਸ਼ਕ ਤੱਤ ਪੂਰੇ ਹੋਣਗੇ, ਅੱਜ ਤਾਂ ਅੱਜ ਕੱਲ ਕਹਿੰਦਾ 90% ਲੋਕ ਆ ਜਿਹੜੇ ਕੁਪੋਸ਼ਣ ਦੇ ਸ਼ਿਕਾਰ ਨੇ ਜੀ, ਜਿਹੜੇ ਦੁਬਲੇ ਪਤਲੇ ਹੋ ਜਾਂਦੇ ਨੇ, ਦੁਬਲੇ ਪਤਲੇ ਵੀ ਆ, ਜਿਹੜੇ ਲੋੜ ਤੋਂ ਵੱਧ ਮੋਟੇ ਆ ਉਹ ਵੀ ਕੁਪੋਸ਼ਣ ਦੇ ਸ਼ਿਕਾਰ ਹੁੰਦੇ ਆ ਜੀ, ਮੋਟੇ ਵੀ ਹੋ ਜਾਂਦੇ ਨੇ ਜਿਹੜੇ ਮੋਟਾ ਹੋ ਗਿਆ ਬੰਦਾ, ਆਪਾਂ ਕਹਿੰਦੇ ਆ ਜੀ ਇਹ ਰੱਜੇ ਪੁੱਜੇ ਘਰ ਦਾ ਹੈਲਦੀ ਆ, ਸਾਡੇ ਲੋਕਾਂ ਦੀ ਧਾਰਨਾ ਇਹ ਆ ਜੀ ਜੀ ਜੀ, ਬਈ ਜੀ ਬੜਾ ਤਕੜਾ ਘਰ ਦਾ ਜੀ ਬੜਾ ਹੈਲਦੀ ਆ ਬੜਾ ਵਧੀਆ ਖਾਣਾ ਪੀਣਾ ਹੋਊਗਾ ਜੀ ਜੀ, ਜਦ ਕਿ ਉਹ ਕੁਪੋਸ਼ਣ ਦਾ ਸ਼ਿਕਾਰ ਹੁੰਦਾ ਉਹਨੂੰ ਸਹੀ ਪੋਸ਼ਕ ਤੱਤ ਨਹੀਂ ਮਿਲੇ ਹੁੰਦੇ ਜੀ, ਇਹ ਲੋਕਾਂ ਨੂੰ ਸਾਡਿਆਂ ਨੂੰ ਨੌਲੇਜ ਨਹੀਂ ਹੈ, ਪਤਾ ਨਹੀਂ ਹੈ ਜੀ, ਉਹ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦਾ ਵਾ, ਉਹ ਹੁਣ ਪੋਸ਼ਕ ਤੱਤ ਉਹਨੂੰ ਕਿੱਥੋਂ ਮਿਲਣੇ ਹੁੰਦੇ ਆ ਜੇ ਉਹ ਇਹਦੇ 'ਚ ਮੁਰਿੰਗੇ ਦੇ ਵਿੱਚ 92 ਪੋਸ਼ਕ ਤੱਤ ਹੁੰਦੇ ਆ, 92 ਪੋਸ਼ਕ ਤੱਤ ਆ ਇਹਦੇ 'ਚ ਜੀ, ਉਹ ਜਦੋਂ ਤੁਹਾਨੂੰ ਸਾਰੇ ਮਿਲਣ ਲੱਗ ਜਾਂਦੇ ਆ ਮੋਟੇ ਨੂੰ ਵੀ ਪਤਲਾ ਕਰ ਲੈਂਦਾ ਇਹ ਜੀ, ਕਿਉਂਕਿ ਕੁਪੋਸ਼ਣ ਉਹਦਾ ਖਤਮ ਹੋਣ ਲੱਗ ਜਾਂਦਾ ਵਾ। ਅੱਛਾ ਜੀ, ਪਤਲੇ ਨੂੰ ਮੋਟਾ ਵੀ ਕਰ ਦਿੰਦਾ ਤੇ ਮੋਟੇ ਨੂੰ ਪਤਲਾ ਵੀ ਕਰ ਦਿੰਦਾ ਜੀ ਜੀ, ਤੇ ਹੁਣ ਇਹਦੇ 'ਚ ਇਸ ਤੋਂ ਗਾਂ ਜਾਂਦਾ ਦੰਦਾਂ ਵਾਸਤੇ, ਇੰਨਾ ਕੁ ਜ਼ਿਆਦਾ ਵਧੀਆ ਵਾ ਦੰਦਾਂ ਵਾਸਤੇ, ਤਾਂ ਮੈਂ ਆਪਦੀ ਗੱਲ ਸੁਣਾਉਂਦਾ ਤੁਹਾਨੂੰ। ਅੱਜ ਤੋਂ 10 ਸਾਲ ਪਹਿਲਾਂ ਮੈਂ ਖੁਦ ਆਪਦੀ ਇੱਕ ਮੇਰੀ ਜਾੜ ਖਰਾਬ ਹੋ ਗਈ ਸੀ ਜੀ, ਮੈਂ 11000 ਰੁਪਇਆ ਲਾਤਾ ਸੀਗਾ ਕੈਪ ਕਰਾਉਣ ਤੇ ਜੀ, ਪਰ
ਜਦੋਂ ਮੈਂ ਉਹਦੇ ਕਾਰਨਾਂ ਨੂੰ ਸਮਝਿਆ ਮੈਂ ਮੋਰਿੰਗਾ ਓਲੀ ਫੇਰਾ ਸ਼ੁਰੂ ਕਰਿਆ ਖਾਣਾ ਜੀ। ਅੱਜ ਵੀ ਉਹੀ ਜਾੜ ਮੇਰੀ ਉਦਾਂ ਹੀ ਚੱਲ ਰਹੀ ਆ। ਨਹੀਂ ਮੈਂ 650 mg ਦੀ ਗੋਲੀ ਖੁਦ ਖਾਂਦਾ ਹੁੰਦਾ ਸੀਗਾ, ਉਹਦੇ 'ਚ ਪੀਕ ਪੈ ਜਾਂਦੀ ਸੀ। ਜੀ ਇਹ ਮੇਰੇ ਇਕੱਲੇ ਦਾ ਦਰਦ ਨਹੀਂ ਹੋਣਾ, ਇਹ ਵੀਡੀਓ ਦੇਖਣ ਵਾਲੇ ਲੱਖਾਂ ਲੋਕਾਂ ਦੀ ਇਹ ਪ੍ਰੋਬਲਮ ਆ ਵੀ ਜਾੜਾਂ ਦੇ ਵਿੱਚ ਪੀਕ ਪੈ ਜਾਂਦੀ ਆ, ਸਵੈਲਿੰਗ ਆ ਜਾਂਦੀ ਆ। ਜੀ ਜੀ ਮੈਂ ਗਰੰਟੀ ਦਿੰਦਾ ਵੀ ਜੇ ਇਹ ਚੀਜ਼ ਨੂੰ ਵਰਤਦੇ ਆ ਲੋਕ, ਭਾਵੇਂ ਆਪਦੇ ਘਰ ਬੀਜ ਕੇ ਆਪਦਾ ਤਿਆਰ ਕਰਕੇ ਕਿਵੇਂ ਖਾਣ ਇਹਨੂੰ, ਚਾਹੇ ਮੁੱਲ ਲੈ ਕੇ ਖਾਣ, ਪਰ ਇਹ ਚੀਜ਼ ਬਿਲਕੁਲ ਦੰਦਾਂ ਦੀ ਗਰੰਟੀ ਹੋ ਜੂਗੀ 100 ਸਾਲ ਤੱਕ ਤੁਹਾਡੇ ਦੰਦ ਹੀ ਨਹੀਂ ਖਰਾਬ ਹੋਣਗੇ। ਜੀ ਇੰਨੀ ਕੁ ਵਧੀਆ ਚੀਜ਼ ਹੈ। ਇਹ ਤੋਂ ਅਗਾਂਹ ਆਪਾਂ ਗੱਲ ਕਰ ਲੈਂਦੇ ਹਾਂ ਹੱਡੀਆਂ ਦੀ। ਹੱਡੀਆਂ ਵਾਸਤੇ ਇੰਨਾ ਕੁ ਵਧੀਆ, ਹੱਡੀਆਂ ਜਿਹੜੀਆਂ ਬੈਲਟਾਂ ਲਾਈ ਫਿਰਦੇ ਆ ਨਾ ਲੋਕ, ਮੈਂ ਕਈ ਵਾਰੀ ਦੇਖ ਕੇ ਹੈਰਾਨ ਹੁੰਦਾ ਕਿਉਂਕਿ ਇਦਾਂ ਕਿਹਾ ਕੋਈ ਮੰਨਦਾ ਨਹੀਂ। ਨਹੀਂ ਜੀ ਕੋਈ ਨਹੀਂ ਮੰਨਦਾ। ਪਰ ਇੱਕ ਗੱਲ ਆ ਵੀ ਜੇ ਤੁਸੀਂ ਇਹਨੂੰ ਲਗਾਤਾਰ 7-8 ਮਹੀਨੇ ਖਾ ਲੈਂਦੇ ਹੋ, ਸਾਡੇ ਲੋਕਾਂ ਦੀ ਆਦਤ ਕੀ ਹੁੰਦੀ ਜਦੋਂ ਆਪਾਂ ਇਹਦੇ ਗੁਣ ਗਣਾਤੇ ਨਾ, ਲੋਕਾਂ ਨੇ ਵਰਤਣਾ, ਇੱਕ ਪੈਕਟ ਖਾਧਾ ਉਹਨਾਂ ਨੇ ਕਹਿਣਾ ਵੀ ਇੰਨੇ ਨਾ ਭਲਵਾਨ ਬਣ ਸੀ, ਇੰਨੇ ਨਾ ਕੁਛ ਨਹੀਂ ਹੋਣਾ ਜੀ, ਘੱਟੋ ਘੱਟ ਇਹਦੇ 3-4 ਪੈਕਟ ਖਾਓ। ਮਤਲਬ ਕਹਿਣ ਦਾ ਭਾਵ ਸਾਲ ਦੇ ਵਿੱਚ ਘੱਟੋ ਘੱਟ ਇਹਨੂੰ 8 ਮਹੀਨੇ ਵਰਤੋ। ਮੈਂ ਵੈਸੇ ਕਹਿੰਦੀ ਵੀ ਜੇ ਭਾਜੀ ਜਿੰਨੇ ਆਪਾਂ ਇਹਦੇ ਗੁਣ ਕਹਿੰਦੇ ਆ ਵੀ ਆਪਾਂ ਰੈਗੂਲਰ ਵੀ ਇਹਨੂੰ ਵੈਸੇ ਵੀ ਆਪਾਂ ਵਰਤਦੇ ਰਹੀਏ ਤੇ ਇਹਦਾ ਕੋਈ ਨੁਕਸਾਨ ਤਾਂ ਨਹੀਂ? ਸੁਪਰ ਫੂਡ ਆ ਇਹ ਇੱਕ ਤਰ੍ਹਾਂ ਦਾ ਜੀ, ਤੇ ਜਿਹੜਾ WHO ਨੇ ਤੈਨੂੰ ਸੁਪਰ ਫੂਡ ਦਾ ਦਰਜਾ ਦਿੱਤਾ ਹੋਇਆ, ਮੈਡੀਕਲ ਟ੍ਰੀ ਦਾ ਖਿਤਾਬ ਦਿੱਤਾ, ਜਾਦੂ ਦੇ ਪੌਦੇ ਦਾ ਖਿਤਾਬ ਦਿੱਤਾ। ਜੀ ਜੀ ਜੇ ਆਪਾਂ ਇਹਨੂੰ ਵਰਤੀ ਜਾਂਦੇ ਆ ਲਗਾਤਾਰ, ਕਿੰਨੀਆਂ ਭਾਵੇਂ ਹੱਡੀਆਂ ਕਮਜ਼ੋਰ ਹੋਣ ਤੁਹਾਡੀਆਂ ਬਿਲਕੁਲ ਠੀਕ ਹੋ ਜਾਣਗੀਆਂ। ਮੈਂ ਤੁਹਾਨੂੰ ਮਹਾਰਾਸ਼ਟਰ ਦੀ ਗੱਲ ਸੁਣਾਉਣਾ, ਉਹਨਾਂ ਨੇ ਕਿਤੋਂ ਮੋਰਿੰਗਾ ਓਲੀਫੇਰਾ ਲਿਆ ਜੀ, ਉਹਨਾਂ ਨੇ ਜਦੋਂ ਆਪਣੀ ਪਹਿਲੇ ਵਾਲੀ ਜਿਹੜੀ ਵੀਡੀਓ ਪਾਈ ਹੋਈ ਆ ਉਹ ਦੇਖੀ ਜੀ, ਉਹਦੇ 'ਚ ਦੇਖ ਕੇ ਉਹ ਕਹਿੰਦੇ ਜੀ ਅਸੀਂ ਇੰਨੇ ਕੁ ਜ਼ਿਆਦਾ ਦੁਖੀ ਹਾਂ ਵੀ ਸਾਡੇ ਘਰ ਗੋਲੀਆਂ ਦਵਾਈਆਂ ਦਾ ਖਿਹੜਾ ਹੀ ਨਹੀਂ ਸੁੱਟਦਾ, ਮੈਂ ਇੰਨੀਆਂ ਮੈਡੀਸਨਾਂ ਚੱਲ ਰਹੀਆਂ ਹੁੰਦੀ ਹੈ ਉਹਨਾਂ ਦੀਆਂ ਆਪਦੀਆਂ, ਮੀਆਂ ਬੀਬੀ ਦੀਆਂ ਤੇ ਉਹਨਾਂ ਦੇ ਬੱਚਿਆਂ ਦੀਆਂ ਜੀ ਬੁਰੇ ਹਾਲ ਸੀਗੇ ਉਹਨਾਂ ਦੀਆਂ, ਜਦ ਕਿ ਉਹਨੇ ਹੱਡੀਆਂ ਜ਼ਿਆਦਾ ਕਮਜ਼ੋਰ ਸੀ ਸਾਰੇ ਪਰਿਵਾਰ ਦੀਆਂ। ਉਹਨਾਂ ਨੇ ਲਗਾਤਾਰ 6-7 ਮਹੀਨੇ ਵਰਤਿਆ, 6-7 ਮਹੀਨਿਆਂ ਬਾਅਦ ਉਹਨਾਂ ਨੇ ਮੈਨੂੰ ਖੁਦ ਫੋਨ ਕਰਕੇ ਮੇਰਾ ਧੰਨਵਾਦ ਕਰਿਆ, ਜਦ ਕਿ ਮੈਂ ਤਾਂ ਉਹਨਾਂ ਨੂੰ ਕੋਈ ਭੇਜਿਆ ਨਹੀਂ ਸੀ ਮੋਰਿੰਗਾ, ਪਤਾ ਨਹੀਂ ਉਹਨਾਂ ਨੇ ਕਿੱਥੋਂ ਲਿਆ ਸੀ ਕਿੱਥੋਂ ਨਹੀਂ, ਕਿਉਂਕਿ ਮੈਂ ਸਿਰਫ ਉਹਨਾਂ ਨੂੰ ਵਰਤਣ ਦਾ ਤਰੀਕਾ ਦੱਸਿਆ ਵੀ ਇਹਨੂੰ ਕਿਵੇਂ ਖਾਣਾ ਕਿੰਨਾ ਖਾਣਾ, ਡੋਜ਼ ਦੱਸਤੀ ਉਹਨਾਂ ਨੂੰ ਵੀ ਇੰਨੀ ਬੱਚੇ ਨੂੰ ਦੋ ਇੰਨੀ ਤੁਸੀਂ ਖਾਓ, ਤੇ ਅੱਜ 7 ਮਹੀਨਿਆਂ ਬਾਅਦ ਉਹ ਕਹਿੰਦੇ ਜੀ ਅਸੀਂ 70-80% ਠੀਕ। ਜੀ ਖਾਣ ਦਾ ਵੀ ਪੂਰਾ ਤਰੀਕਾ ਜਿਵੇਂ ਤੁਸੀਂ ਕਹਿੰਦੇ ਵੀ ਮੋਟਾ ਵੀ ਕਰਦਾ ਪਤਲਾ ਵੀ, ਇਹਦਾ ਖਾਣ ਦਾ ਵੀ ਫਿਰ ਫਰਕ ਹੋ ਗਿਆ? ਖਾਣ ਦਾ ਤਰੀਕਾ ਜੀ ਬਿਲਕੁਲ, ਖਾਣ ਦਾ ਤਰੀਕਾ ਨਾ ਆਇਆ ਫਿਰ ਤੁਹਾਨੂੰ ਇਹਨੇ ਕੋਈ ਫਾਇਦਾ ਨਹੀਂ ਕਰਨਾ ਜੀ, ਫਾਇਦੇ ਦੀ ਜਗ੍ਹਾ ਨੁਕਸਾਨ ਵੀ ਕਰ ਸਕਦਾ। ਹਾਂਜੀ ਨੁਕਸਾਨ ਹੋ ਸਕਦਾ, ਤੇ ਹੁਣ ਹੱਡੀਆਂ ਵੀ ਮਜ਼ਬੂਤ ਕਰ ਦੇਣੀਆਂ ਜਿਨ੍ਹਾਂ ਦਾ ਖੂਨ ਗਾੜਾ ਹੋ ਰਿਹਾ ਵਾ ਜੀ, ਉਹਦਾ ਮੈਂ ਪਹਿਲਾਂ ਵੀਡੀਓ 'ਚ ਵੀ ਦੱਸਿਆ ਸੀਗਾ ਵੀ ਇਹ ਖੂਨ ਨੂੰ ਬਹੁਤ ਪਤਲਾ ਕਰਦਾ ਜੀ, ਤੇ ਜਿਨ੍ਹਾਂ ਦੇ ਦਿਲ ਦੀਆਂ ਪ੍ਰੋਬਲਮਾਂ ਨੇ ਜੀ ਜਦੋਂ ਖੂਨ ਪਤਲਾ ਕਰਤਾ ਫਿਰ ਦਿਲ ਦੀਆਂ ਪ੍ਰੋਬਲਮ ਜੀ ਜੀ ਦਿਲ ਦੀਆਂ ਪ੍ਰੋਬਲਮ ਆ, ਸ਼ੂਗਰ ਦੇ ਵਾਸਤੇ ਬਹੁਤ ਵਧੀਆ, ਸ਼ੂਗਰ ਨੂੰ ਵੀ ਕੰਟਰੋਲ ਕਰਦਾ ਤੁਹਾਡੇ ਨੂੰ, ਪਰ ਜੇ ਆਪਾਂ ਕਹੀ ਵੀ ਪ੍ਰੋਪਰ ਪੂਰਾ ਠੀਕ ਕਰਨਾ ਤਾਂ ਆਪਾਂ ਇਹਦੇ ਨਾਲ ਹੋਰ ਵੀ ਥੋੜੀਆਂ ਜੜੀ ਬੂਟੀਆਂ ਲਾਉਣੀਆਂ ਪੈਂਦੀਆਂ ਨੇ, ਮੈਂ ਪਹਿਲੀ ਵੀਡੀਓ 'ਚ ਵੀ ਦੱਸਿਆ ਸੀ ਵੀ ਜੇ ਆਪਾਂ ਇਹਨਾਂ ਜੜੀ ਬੂਟੀਆਂ ਲਾ ਕੇ ਵਰਤਦੇ ਹਾਂ ਤਾਂ ਇਹਦੇ ਆਪਾਂ ਡਬਲ ਫਾਇਦੇ ਲੈ ਸਕਦੇ ਹਾਂ, ਅਦਰਵਾਈਜ਼ ਇਹਦੇ ਬਹੁਤ ਸਾਰੇ ਫਾਇਦੇ ਆ ਇਕੱਲੇ ਦੇ ਜੀ। ਜਿਵੇਂ ਆਪਾਂ ਨਿਗਾਹ ਲਈ 'ਚ ਦੱਸਿਆ ਵੀ ਉਹਦਾ ਸਪੈਸ਼ਲੀ ਇੱਕ ਨਿਗਾਹ ਦੀ ਦਵਾਈ ਵੀ ਹੈ ਨਾਲ ਉਹਦੇ ਨਾਲ ਨਾਲ ਵੀ। ਹਾਂ ਬਿਲਕੁਲ, ਤੇ ਹੁਣ ਉਹਦੇ 'ਚ ਜੇ ਸ਼ੂਗਰ ਦੇ ਵਿੱਚ ਉਹ ਦਵਾਈਆਂ ਵਰਤੀਆਂ ਜਾਣ ਆਪਾਂ ਕੋਈ ਗੱਲ ਨਹੀਂ, ਉਹ ਵੀਡੀਓ ਵੀ ਲੈ ਆਵਾਂਗੇ ਜਿਹ 'ਚ ਆਪਾਂ ਸਾਰੀਆਂ ਦੱਸਾਂਗੇ ਮੈਡੀਸਨ ਵੀ ਆਹ ਆਹ ਤੁਸੀਂ ਵਰਤਦੇ ਹੋ ਨਾਲ ਇਹਦੇ ਤਾਂ ਉਹਨਾਂ ਦੀ ਸ਼ੂਗਰ ਬਿਲਕੁਲ ਕੰਟਰੋਲ ਹੋ ਜੂਗੀ। ਤੇ ਇਸੇ ਤਰ੍ਹਾਂ ਜੇ ਕਿਸੇ ਦੀ ਪ੍ਰੋਬਲਮ ਪੇਟ ਦੀ ਜ਼ਿਆਦਾ ਰਹਿੰਦੀ ਆ, ਪੇਟ 'ਚ ਕਈ ਵਾਰੀ ਇੱਦਾਂ ਹੁੰਦਾ ਵਾ ਵੀ ਉਹਨਾਂ ਨੂੰ ਜ਼ਿਆਦਾ ਵਾਰ ਵਾਰ ਦਿੱਕਤਾਂ ਆਉਂਦੀਆਂ ਨੇ ਪੇਟ ਦੀਆਂ, ਪੇਟ ਖਰਾਬ ਰਹਿੰਦਾ, ਉਸ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਕਿਉਂਕਿ ਇਹ 'ਚ ਫਾਈਬਰ ਬਹੁਤ ਜ਼ਿਆਦਾ ਹੁੰਦਾ, ਪੇਟ ਵਾਸਤੇ ਵਧੀਆ ਹੁੰਦਾ। ਜਿੰਨਾ ਨੌਂ ਖਰਾਬ ਹੋ ਰਹੇ ਨੇ, ਗਲ ਰਹੇ ਨੇ, ਆ ਨੌਹਾਂ ਦੇ ਆਹ ਸਾਈਡਾਂ ਤੇ ਪੀਕ ਪੈ ਜਾਂਦੀ ਆ, ਲੋਕ ਸਾਰੀ ਉਮਰ ਨਰਕ 'ਚ ਨਿਗਾਹ ਆਉਂਦੇ ਆ, ਬੜਾ ਉਹਨਾਂ ਨੂੰ ਤਕਲੀਫ ਹੁੰਦੀ ਰਹਿੰਦੀ ਆ, ਸਾਰੇ ਆਟੋਮੈਟਿਕ ਨੌਂ ਠੀਕ ਕਰ ਦੂ, ਇੰਨੀ ਇੰਨੀ ਕੁ ਜ਼ਿਆਦਾ ਵਧੀਆ ਚੀਜ਼ ਜਾਨੀ ਸਕਿਨ ਪ੍ਰੋਬਲਮ ਵੀ ਠੀਕ ਕਰ ਜੀ ਜੀ। ਇਸ ਵਾਰ ਮੈਂ ਸਾਇੰਸ ਦੇ ਪੱਖ ਤੋਂ ਨਹੀਂ ਦੱਸ ਰਿਹਾ ਜੀ, ਮੈਂ ਜੋ ਮੇਰੀ ਹੁਣ ਤੱਕ ਦੀ 7-8 ਸਾਲ ਦੀ ਸਟੱਡੀ ਹੈ ਇਹਦੇ ਤੇ ਮੈਂ ਸਾਰੀ ਉਹ ਦੱਸ ਰਿਹਾ ਮੈਂ ਤੁਹਾਨੂੰ, ਜੋ ਜੋ ਮੈਂ ਕਰ ਚੁੱਕਿਆ ਵਾਂ ਜੀ ਜੀ, ਮੈਂ ਉਹ ਦੱਸ ਰਿਹਾ ਵਾਂ ਜੋ ਜੋ ਇਹਦੇ ਨਾਲ ਮੈਂ ਠੀਕ ਕਰ ਚੁੱਕਿਆ ਵਾਂ, ਕਿਉਂਕਿ ਸਾਇੰਸ ਦੀ ਸਟੱਡੀ ਲਈ ਤਾਂ ਤੁਹਾਡੇ ਫਾਈਲਾਂ ਪਈਆਂ ਨੇ ਤੇ ਮੈਂ ਸਾਰੀਆਂ ਤੁਹਾਨੂੰ ਦਿਖਾ ਸਕਦਾ ਵਾਂ ਇਹਨਾਂ ਦੇ ਵਿੱਚ ਸਾਰੇ ਆਪਾਂ ਐਂਡ ਸਕਰੀਨ ਦੇ ਸਾਰੇ ਜਿਹੜੇ ਲਾਸਟ ਤੇ ਵੀਡੀਓ ਆਪਾਂ ਸਾਰਾ ਇਹ ਪਿਕਚਰ ਲਾ ਦਾਂਗੇ, ਜਿੰਨੇ ਡਿਟੇਲ ਚ ਪੜ ਕੇ ਪੂਰੀ ਜਾਣਕਾਰੀ ਲੈਣੀ ਆ ਤੁਸੀਂ ਲਾਸਟ ਤੇ ਜਾ ਕੇ ਉੱਥੋਂ ਜਾਣਕਾਰੀ ਲੈ ਸਕਦੇ ਹੋ। ਉਸ ਤੋਂ ਪਹਿਲਾਂ ਵੀਡੀਓ ਵੀ ਸਾਰੀ ਸੁਣ ਲਿਓ ਐ ਨਾ, ਸਿੱਧਾ ਹੁਣ ਲਾਸਟ ਤੇ ਪਹੁੰਚਿਓ। ਹੁਣ ਅੱਗੇ ਵੀ ਆਪਾਂ ਗੱਲ ਕਰਦੇ ਆ ਕਿ ਇਹਦੀ ਆਪਾਂ ਜਿਵੇਂ ਭਾਜੀ ਫਲੈਰੀ ਤੇ ਵੀ ਵੀਡੀਓ ਬਣਾਈ ਸੀਗੀ ਕਿ ਬਹੁਤ ਫਲੈਰੀ ਦਾ ਜਿਹੜਾ ਵਾ ਉਹ ਪ੍ਰੋਬਲਮ ਕਈਆਂ ਨੂੰ ਹੈਗੀ ਆ, ਬੱਚਿਆਂ ਨੂੰ ਵੀ ਹੈਗੀ ਆ ਹਾਂਜੀ ਹਾਂਜੀ, ਤੇ ਸਿਆਣਿਆਂ ਨੂੰ ਵੀ ਹੈਗੀ, ਤੇ ਉਹ ਵੀ ਇਹ ਠੀਕ ਕਰਦਾ ਵਾ ਉਹਦੇ ਤੇ ਚਮੜੀ ਰੋਗਾਂ ਤੇ ਬਹੁਤ ਵਧੀਆ ਕੰਮ ਕਰਦਾ ਜੀ ਉਹਦੇ ਤੇ, ਪਰ ਕੁਝ ਇਦਾਂ ਦੇ ਆ ਗਏ ਸੀਗੇ ਕੇਸ ਜਿਨ੍ਹਾਂ ਦੇ ਵਿੱਚ ਇਹਨੇ ਇਕੱਲੇ ਨੇ ਕੰਮ ਨਹੀਂ ਕਰਿਆ ਜੀ, ਕਿਉਂਕਿ ਜੇ ਤਾਂ ਦੇਖੋ ਇਹਦੇ 'ਚ ਆਪਾਂ ਦੱਸਿਆ ਵੀ 92 ਪੋਸ਼ਕ ਤੱਤ ਨੇ, ਸਾਰੇ ਵਿਟਾਮਿਨਸ ਨੇ, ਮਿਨਰਲ ਨੇ ਸਾਰੇ
ਜਿਹੜੀਆਂ ਉਹ ਆਪਾਂ ਜੜੀ ਬੂਟੀਆਂ ਦੇ ਨਾਲ ਲਾ ਕੇ ਦਿੰਦੇ ਹਾਂ ਵੀ ਜਿਨ੍ਹਾਂ ਨੂੰ ਫੁਲਬੈਰੀ ਦੀ ਪ੍ਰੋਬਲਮ ਆ, ਜਿਹੜੇ ਲੋਕਾਂ ਦੇ ਠੀਕ ਹੋਈ ਆ ਫੁਲਬੈਰੀ, ਉਹ ਆਪਣੇ ਕੋਲ ਪ੍ਰੂਫ ਪਏ ਨੇ, ਆਪਾਂ ਦਿਖਾ ਸਕਦੇ ਹਾਂ ਕਿਸੇ ਵੀ ਬੰਦੇ ਨੇ ਆ ਕੇ ਦੇਖਣੇ ਹੋਣਗੇ ਨਾ, ਅਗਲਾ ਕਹਿੰਦਾ ਜੀ ਫੁਲਬੈਰੀ ਦਾ ਇਲਾਜ ਕੋਈ ਨੀਗਾ, ਮੈਂ ਉਹ ਪ੍ਰੂਫ ਦੇ ਸਕਦਾ ਤੁਹਾਡੇ। ਜੀ ਵੈਸੇ ਅਸੀਂ ਫਲੈਰੀ ਵਾਲੀ ਜਿਹੜੀ ਵੀਡੀਓ ਦੇ ਵਿੱਚ ਵੀ ਸਾਰੇ ਸਬੂਤ ਲਾਏ ਆ, ਪਰ ਫਿਰ ਵੀ ਇਹਦੇ ਵਿੱਚ ਵੀ ਆਪਾਂ ਉਹ ਸਬੂਤ ਦਿਖਾ ਦਾਂਗੇ ਕਿ ਜਿਨ੍ਹਾਂ ਦੀ ਜਿਹੜੀ ਵਾਈਟ ਸਕਿਨ ਪੂਰੀ ਹੋ ਚੁੱਕੀ ਸੀਗੀ ਉਹ ਦੁਬਾਰਾ ਨਾਰਮਲ ਸਕਿਨ ਕਿਵੇਂ ਉਹ ਡਾਟ ਪੈ ਪੈ ਕੇ ਕਿਵੇਂ ਉਹ ਹੌਲੀ ਹੌਲੀ ਜਿਹੜੀ ਉਹ ਚੀਜ਼ ਠੀਕ ਹੋ ਰਹੀ ਹੈ, ਉਹ ਸਾਰੇ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਸਾਰੇ ਸਬੂਤ ਵਿਖਾਵਾਂਗੇ। ਜੀ ਮੈਂ ਇਹ ਕਹਿਣਾ ਹੁੰਦਾ ਵਾਂ ਵੀ ਜਦੋਂ ਵੀ ਤੁਹਾਨੂੰ ਕਿਸੇ ਨੂੰ ਕੋਈ ਸੱਕ ਸੁਵਿਧਾ ਹੁੰਦੀ ਆ, ਐਡਰੈਸ ਲਓ ਮੇਤੋਂ, ਜੀ ਅਗਲੇ ਦੇ ਘਰ ਜਾਓ, ਦੇਖੋ, ਪੁੱਛੋ, ਹਰ ਗੱਲ ਕਲੀਅਰ ਕਰੋ, ਫਿਰ ਚੀਜ਼ ਨੂੰ। ਪਹਿਲੀ ਗੱਲ ਆ, ਤੁਸੀਂ ਇਹ ਦੇਖੋ ਕਿ ਜੇ ਕਈ ਲੋਕ ਕਹਿ ਦਿੰਦੇ ਨੇ ਫੇਕ ਆ, ਤੁਸੀਂ ਐਵੇਂ ਬੋਲ ਰਹੇ ਹੋ, ਤੁਸੀਂ ਕੋਈ ਡਾਕਟਰ ਹੋ, ਤੁਸੀਂ ਜਾਣਕਾਰੀ ਦੇ ਰਹੇ ਹੋ, ਤੁਸੀਂ ਕਿੱਥੋਂ ਸਟੱਡੀ ਕੀਤੀ ਹੈ, ਇਹ ਦੇਖੋ ਕਿ ਜੇ ਕਿਸੇ ਨੇ ਫੇਕ ਦੇਣੀ ਆ ਜਾਣਕਾਰੀ, ਕੋਈ ਆਪਣਾ ਨੰਬਰ ਨਹੀਂ ਦਿੰਦਾ, ਅਸੀਂ ਸਪੈਸ਼ਲੀ ਵਿੱਚ ਭਾਜੀ ਦਾ ਨੰਬਰ ਪਾਉਂਦੇ ਆ ਵੀ ਹਾਂ ਜੇ ਕੋਈ ਹੋਰ ਵੀ ਤੁਹਾਨੂੰ ਡਾਊਟ ਰਹਿ ਗਿਆ, ਯਾਨੀ ਕਿ ਵੀਡੀਓ 'ਚ ਕਿਸੇ ਵੇਲੇ ਛੁੱਟ ਵੀ ਜਾਂਦਾ ਕੋਈ ਜੀ ਚੀਜ਼, ਜੀ ਤੇ ਤੁਸੀਂ ਭਾਜੀ ਦੇ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਚੰਗੀ ਤਰ੍ਹਾਂ ਲੈ ਸਕਦੇ ਹੋ, ਪਰ ਸਿਰਫ ਜਾਣਕਾਰੀ ਲੈਣਾ ਤੁਸੀਂ ਜ਼ਰੂਰੀ ਸਮਝਿਆ ਕਰੋ, ਨਾ ਕਿ ਅਗਲੇ ਨੂੰ ਸਤਾਉਣਾ, ਕਿਉਂਕਿ ਕਈ ਮੈਨੂੰ ਇਹ ਮੈਸੇਜ ਭਾਜੀ ਆ ਰਹੇ ਸੀਗੇ ਕਿ ਸਾਨੂੰ ਉਹਨਾਂ ਨੇ ਡੀਲ ਨਹੀਂ ਸਹੀ ਕੀਤਾ, ਡੀਲ ਮਤਲਬ ਕਿ ਜਦੋਂ ਖਜਾਈ ਇਹਨਾਂ ਦਿੰਦੇ ਹੋਣਗੇ ਮੈਨੂੰ ਲੱਗਦਾ, ਕਿਉਂਕਿ ਭਾਜੀ ਆ ਕੇ ਪਹਿਲਾਂ ਨਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਨੂੰ ਕਹਿ ਰਹੇ ਸੀਗੇ ਵੀ ਮੈਂ ਥੱਕ ਚੁੱਕਾ ਫੋਨ ਸੁਣ ਕੇ, ਕੀ ਜਿਹੜੇ ਸਵਾਲ ਆਪਾਂ ਵਿੱਚ ਕੀਤੇ ਨੇ ਜਿਹਦੇ ਜਵਾਬ ਆਪਾਂ ਦਿੱਤੇ ਨੇ, ਯਾਨੀ ਕਿ ਮੇਨ ਚੀਜ਼ ਕੀ ਆ ਨਿਗਾਹ ਦੀ ਦਵਾਈ ਦੇ ਜਿਹੜੀਆਂ ਪੰਜ ਚੀਜ਼ਾਂ ਆਪਾਂ ਵਰਤੀਆਂ ਨੇ ਉਹ ਕਿੰਨੀ ਵਾਰੀ ਵਿੱਚ ਦੱਸੀਆਂ ਗਈਆਂ ਵਾ, ਵਿਖਾਈਆਂ ਵੀ ਗਈਆਂ, ਉਹੀ ਸਵਾਲ ਭਾਜੀ ਕਿਹੜੀਆਂ ਪੰਜ ਚੀਜ਼ਾਂ ਉਹਨਾਂ ਦੇ ਨਾਮ ਦੱਸ ਦਿਓ। ਦੇਖੋ ਜੀ ਸਵਾਲ ਕਰੋ ਤੁਸੀਂ, ਜਿਹੜਾ ਜੱਚਦਾ ਵਾ ਉਹਦਾ ਜਵਾਬ ਦੇਣਗੇ ਭਾਜੀ, ਪਰ ਇਹਦਾ ਨਜਾਇਜ਼ ਹੀ, ਕਿਉਂਕਿ ਹਰ ਇੱਕ ਨੂੰ ਆਪਣੇ ਘਰ ਦੇ ਵਿੱਚ ਕੰਮ ਹੁੰਦਾ ਵਾ, ਬਿਜ਼ੀ ਹੁੰਦੀ ਲਾਈਫ ਸਾਰਿਆਂ ਦੀ, ਸੋ ਇਦਾਂ ਨਾ ਕਰਿਆ ਕਰੋ ਤੁਸੀਂ ਜਾਣਕਾਰੀ ਲੈਣ ਵਾਸਤੇ, ਚਾਹੇ ਕੋਈ ਜਿਹੜੀ ਚੀਜ਼ ਛੁੱਟ ਗਈ ਉਹਦੇ ਬਾਰੇ ਤੁਸੀਂ ਪੁੱਛਿਆ ਕਰੋ, ਕੋਈ ਹੋਰ ਗੱਲ ਜਿਹੜੀ ਤੁਸੀਂ ਕਰਨੀ ਹੋ ਤੁਸੀਂ ਕਰ ਸਕਦੇ ਹੋ, ਜਿਹੜੀ ਆਪਾਂ ਵੀਡੀਓ ਦੇ ਵਿੱਚ ਦੱਸੀ ਆ, ਸੋ ਉਹ ਦੁਬਾਰਾ ਨਾ ਪੁੱਛ ਕੇ ਐਵੇਂ ਨਾ ਪਰੇਸ਼ਾਨ ਕਰਿਆ ਕਰੋ, ਨਾ ਆਪ ਹੋਇਆ ਕਰੋ। ਬਾਕੀ ਤੁਸੀਂ ਕਈ ਜਿਹੜੇ ਗੁੱਸਾ ਕਰਦੇ ਹੋ ਕਿ ਸਾਡਾ ਫੋਨ ਨਹੀਂ ਸੁਣਿਆ ਗਿਆ, ਦੇਖੋ ਆਪਾਂ ਹੋਰ ਕਿਤੇ ਵੈਦ ਨੂੰ ਫੋਨ ਲਾਉਂਦੇ ਹਾਂ ਚਾਹੇ ਕਿਸੇ ਡਾਕਟਰ ਨਾਲ ਗੱਲ ਕਰਨੀ ਹੁੰਦੀ, ਬਾਰ ਬਾਰ ਆਪਾਂ ਨੂੰ ਫੋਨ ਲਾਉਣਾ ਪੈਂਦਾ, ਇੱਥੇ ਭਾਜੀ ਦਾ ਇਹ ਕਹਿਣਾ ਵਾ ਕਿਉਂਕਿ ਉਹਨਾਂ ਦਾ ਆਪਦਾ ਕਾਰੋਬਾਰ ਵੀ ਆ, ਇਹ ਦਵਾਈਆਂ ਵੀ ਬਣਾਉਣੀਆਂ, ਫਿਰ ਇਹ ਬਾ ਖੇਤੀਬਾੜੀ ਦਾ ਵੀ ਜਿਹੜਾ ਉਹ ਕਰਦੇ ਨੇ, ਸੋ ਉਹ ਭਾਜੀ ਕਹਿੰਦੇ ਵੀ ਤੁਸੀਂ ਫੋਨ ਜਿਹੜਾ ਵਾ ਮਿਸ ਕਾਲ ਛੱਡ ਦਿਆ ਕਰੋ, ਆਪ ਇਹ ਰਿਪਲਾਈ ਕਰਨਗੇ, ਨਹੀਂ ਤੇ ਤੁਸੀਂ ਅਦਰਵਾਈਜ਼ ਇਹਨਾਂ ਦੇ WhatsApp ਨੰਬਰ ਤੇ ਜਿਹੜੀ ਵੀ ਕੋਈ ਜਾਣਕਾਰੀ ਲੈਣੀ ਹੈ ਉਹ ਤੁਸੀਂ ਬੋਲ ਕੇ ਵੀ ਪਾ ਸਕਦੇ ਹੋ, ਉਹ ਤੁਸੀਂ ਲਿਖ ਕੇ ਵੀ ਪਾ ਸਕਦੇ ਹੋ ਵੀ ਸਾਨੂੰ ਇਸ ਬਾਰੇ ਜਾਣਕਾਰੀ ਚਾਹੀਦੀ ਆ, ਜੇ ਉਸ ਤੋਂ ਬਾਅਦ ਨਾ ਜਾਣਕਾਰੀ ਮਿਲੇ ਫਿਰ ਤੁਸੀਂ ਇਸ ਚੀਜ਼ ਤੇ ਗੱਲ ਕਰ ਸਕਦੇ ਹੋ ਕਿ ਸਾਨੂੰ ਜਿਹੜਾ ਡੀਲ ਨਹੀਂ ਚੰਗੀ ਤਰ੍ਹਾਂ ਕੀਤਾ ਗਿਆ। ਸੋ ਅੱਗੇ ਤੋਂ ਤੁਸੀਂ ਜੇ ਤੁਹਾਡਾ ਫੋਨ ਨਹੀਂ ਚੁੱਕਿਆ ਜਾ ਰਿਹਾ ਤੇ ਤੁਸੀਂ WhatsApp ਤੇ ਜਿਹੜਾ ਆਪਣਾ ਮੈਸੇਜ ਛੱਡ ਦਿਓ, ਆਪਣੇ ਆਪ ਭਾਜੀ ਤੁਹਾਨੂੰ ਰਿਪਲਾਈ ਕਰਨਗੇ। ਜੀ ਹੁਣ ਇਹਦੇ 'ਚ ਇਹ ਆ ਜੀ, ਦੇਖੋ ਜਿਵੇਂ ਕਿਸੇ ਨੇ ਮੋਰਿੰਗੇ ਤੇ ਜ਼ਿਆਦਾ ਜਾਣਕਾਰੀ ਲੈਣੀ ਆ, ਜਿਹੜੀ ਆਪਣੀ ਪਹਿਲਾਂ ਦੀ 1 ਸਾਲ ਪਹਿਲਾਂ ਦੀ ਵੀਡੀਓ ਬਣੀ ਹੋਈ ਆ, ਉਹ ਸਾਰੀ ਜਾ ਕੇ ਦੇਖ ਸਕਦੇ ਆ, ਉਹਦੇ ਤੇ ਬਹੁਤ ਜਾਣਕਾਰੀ ਦਿੱਤੀ ਆ। ਇਹ ਮੈਂ ਬਹੁਤ ਭਾਜੀ ਕਹਿੰਦੀ ਆ, ਫਿਰ ਅਗਲਾ ਕੀ ਕਰਦਾ ਵੀ ਆਪਣੀ ਵੀਡੀਓ ਚਲਾਉਣ ਵਾਸਤੇ ਸ਼ਾਇਦ ਕਹਿ ਰਿਹਾ, ਇਹੋ ਜੀ ਕੋਈ ਗੱਲ ਨਹੀਂ ਆ, ਕਿਉਂਕਿ ਜਿਹੜਾ ਬੰਦਾ ਦੁਖੀ ਹੈ ਨਾ ਉਹਨੇ ਜਾਣਕਾਰੀ ਜਾ ਕੇ ਲੈਣੀ ਲੈਣੀ ਆ, ਹਨਾ, ਤੇ ਜਿਹਨੇ ਬਸ ਸਵਾਦ ਲੈਣਾ ਜਿਹਨੂੰ ਕਹਿ ਸਕਦੇ ਆ, ਹਾਂਜੀ, ਉਹਨੇ ਫਿਰ ਇਹੋ ਜਿਹੇ ਸਵਾਲ ਚੁੱਕਣੇ ਆ, ਚਾਹੇ ਉਹ ਤੁਹਾਡੇ ਤੇ ਚੁੱਕ ਸਕਦਾ, ਚਾਹੇ ਸਾਡੇ ਚੈਨਲ ਤੇ ਚੁੱਕ ਸਕਦਾ ਵਾ। ਨਹੀਂ ਕੁਝ ਵੀਰਾਂ ਨੇ ਮੈਨੂੰ ਇਹ ਕਹਿੰਦੇ ਆ ਜੀ ਵੀ ਤੁਸੀਂ ਗੱਲਾਂ ਜ਼ਿਆਦਾ ਕਰਦੇ ਹੋ, ਦੇਖੋ ਜੀ ਗੱਲਾਂ ਤਾਂ ਹੋਣੀਆਂ ਹੀ ਆ ਜੇ ਤੁਸੀਂ ਸਹੀ ਜਵਾਬ ਲੈਣੇ। ਜੀ ਮੈਂ ਤਾਂ ਇਹੀ ਗੱਲ, ਜੇ ਹੁਣ ਆਪਾਂ ਜੇ ਹੁਣ ਮੈਂ ਇੰਨਾ ਮਰਿੰਗਾ ਖਾ ਕਹਿਦਾ ਜੀ ਇਹ ਮਰਿੰਗਾ ਜੀ ਇਹਨੂੰ ਖਾ ਲਓ ਗੱਲ ਖਤਮ, ਤਾਂ ਇਹਦੇ ਨਾਲ ਕੁਝ ਨਹੀਂ ਹੋ ਸਕਦਾ। ਲੋਕ ਚਾਹੁੰਦੇ ਇਹੀ ਆ ਕਿ ਤੁਸੀਂ ਇਹ ਕਹੋ ਇਹ ਮਰਿੰਗਾ ਵਾ, ਇਹ ਬਿਮਾਰੀ ਤੇ ਆ ਤੇ ਇਹਨੂੰ ਇਦਾਂ ਖਾ ਲਓ, ਇਹਨੂੰ ਖਾ ਲਓ। ਬਾਕੀ ਆਪਾਂ ਇਹਦੀ ਜਾਣਕਾਰੀ ਅਗਲੀ ਵੀ ਇਹਨੂੰ ਕਿੱਦਾਂ ਆਪਾਂ ਇਸਤੇਮਾਲ ਕਰ ਸਕਦੇ ਆ ਵੀ ਜਿਹਦੇ ਨਾਲ ਆਪਣੀ ਨਿਊਟ੍ਰੀਸ਼ਨ ਮਾਤਰਾ ਵੀ ਆਪਾਂ ਨੂੰ ਪੂਰੀ ਮਿਲੇ, ਜਿਵੇਂ ਕਿ ਬੱਚਿਆਂ ਦੇ ਵਿੱਚ ਇਮਿਊਨਿਟੀ ਸਿਸਟਮ ਜਿਹੜਾ ਵਾ ਉਹ ਬਹੁਤ ਹੀ ਜ਼ਿਆਦਾ ਡਾਊਨ ਹੁੰਦਾ ਜਾ ਰਿਹਾ, ਬੱਚੇ ਸਕੂਲੋਂ ਆਉਂਦੇ ਨੇ ਬੈਗ ਸੁੱਟ ਕੇ ਐਂ ਡਿੱਗ ਜਾਂਦੇ, ਜਿਵੇਂ ਬਹੁਤ ਥੱਕੇ ਹੁੰਦੇ ਆ, ਯਾਨੀ ਕਿ ਉਹ ਉਹਨਾਂ ਨੂੰ ਪੋਸ਼ਕ ਤੱਤ ਨਹੀਂ ਮਿਲ ਰਹੇ ਜੋ ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਆਪਾਂ ਉਹੀ ਗੱਲ ਕਰਨੀ ਚਾਹੁੰਦੇ ਆ ਵੀ ਅੱਜ ਦਾ ਜਿਹੜਾ ਖਾਣਾ ਪੀਣਾ ਵਾ ਬਿਲਕੁਲ ਦੋਸਤ ਹੋ ਚੁੱਕਿਆ, ਰੇਹਾਂ ਸਪਰੇਆਂ ਤੋਂ ਬਿਨਾਂ ਇਹਦੇ 'ਚ ਕੁਛ ਵੀ ਨਹੀਂ ਹੈ। ਇੱਕ ਚੀਜ਼ ਹੁੰਦੀ ਸੀ ਪਹਿਲਾਂ ਵੀ ਬੱਚੇ ਨੂੰ ਫਰੂਟ ਦਿਓ ਜੀ, ਜੀ ਅੱਜ ਫਰੂਟਾਂ 'ਚ ਕੀ ਰਹਿ ਗਿਆ, ਹਰ ਫਰੂਟ ਮਸਾਲਿਆਂ ਨਾਲ ਪੱਕਦਾ, ਸਪਰੇਆਂ ਨਾਲ ਪੱਕਦਾ, ਜੀ ਕੁਦਰਤੀ ਫਰੂਟ ਨਹੀਂ ਆਉਂਦਾ ਹੈ ਉਹ ਕੋਈ। ਜੀ ਇਸ ਚੀਜ਼ ਦਾ ਵੀ ਬੜਾ ਵਹਿਮ ਲੋਕਾਂ ਨੂੰ, ਕਈ ਕਹਿੰਦੇ ਸੀ ਅਸੀਂ ਆਰਗੈਨਿਕ ਖਾ ਰਹੇ ਹਾਂ, ਹਨਾ, ਤੁਹਾਨੂੰ ਕੀ ਪਤਾ ਵੀ ਆਰਗੈਨਿਕ ਹੈ ਕਿ ਤੁਹਾਡੇ ਕੀ ਖੇ ਸਵਾਦ ਜਿਹੜਾ ਵੇਚ ਰਹੇ ਨੇ, ਤੁਹਾਨੂੰ ਤਾਂ ਕੋਈ ਪਤਾ ਨਹੀਂ ਹੈ ਵੀ ਉਹ ਆਰਗੈਨਿਕ ਹੈ ਕਿ ਨਹੀਂ ਆਰਗੈਨਿਕ। ਹੁਣ ਇਹਦੇ 'ਚ ਕੀ ਹੁੰਦਾ ਮੋਰਿੰਗਾ ਦਾ ਮਤਲਬ ਬੰਦਾ ਆਪਦੇ ਘਰ ਵੀ ਤਿਆਰ ਕਰ ਸਕਦਾ, ਜੀ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਲੋਕਾਂ ਨੂੰ, ਆਪਣਾ ਵੇਚਣ ਦਾ ਮਕਸਦ ਕੀ ਸੀ ਜੀ ਜਦੋਂ ਆਪਾਂ ਇਹ ਡੱਬੇ ਦੀ ਪੈਕਿੰਗ ਲਿਆਂਦੀ ਸੀ ਪਹਿਲਾਂ, ਜੀ ਜੀ ਆਪਣਾ ਮਕਸਦ ਕੀ ਸੀਗਾ ਵੀ ਸਾਡੇ ਲੋਕ
ਸਾਡੇ ਲੋਕ ਆ ਜਿਹੜੇ ਕਹਿੰਦਾ ਹਮੇਸ਼ਾ ਦੁਕਾਨ ਤੇ ਨੂੰ ਭਜਦੇ ਆ ਮੈਡੀਕਲ ਤੇ ਨੂੰ ਭਜਦੇ ਆ ਨਹੀਂ ਸੋਚ ਇਹ ਬਣੀ ਪਈ ਬਣੀ ਬਣਾਈ ਚੀਜ਼ ਬਈ ਜੀ ਸ਼ਾਇਦ ਸਾਨੂੰ ਉੱਥੋਂ ਜੋ ਮਿਲਣਾ ਵਾ ਉਹਦੇ ਨਾਲ ਹੀ ਅਸੀਂ ਠੀਕ ਹੋਣਾ ਜੀ ਹੁਣ ਮੈਂ ਇਸੇ ਖਾਤਰ ਪਹਿਲਾਂ ਸਪੈਸ਼ਲ ਕੰਪਨੀ ਬਣਾਈ ਜੀ ਜੀ ਫਤਿਹ ਆਰਗੈਨਿਕਸ ਕੰਪਨੀ ਬਣਾਈ ਸੀਗੀ ਮੈਂ ਜੀ ਉਹਦੇ 'ਚ ਇਹ ਪ੍ਰੋਡਕਟ ਤਿਆਰ ਕਰਿਆ ਸੀ ਪਰ ਇਹ ਚੀਜ਼ ਨੂੰ ਅਸੀਂ ਡੱਬੇ ਨੂੰ ਬੰਦ ਕਰ ਚੁੱਕੇ ਹਾਂ ਜੀ ਇਹ ਨਹੀਂ ਹੁਣ ਅਸੀਂ ਬਣਾਉਂਦੇ ਬਿਲਕੁਲ ਅੱਛਾ ਜੀ ਇਹ ਕਾਰਨ ਕੀ ਸੀਗਾ ਵੀ ਸਾਨੂੰ 5-7 ਹਜ਼ਾਰ ਡੱਬਾ ਪੈਕ ਕਰਾਉਣਾ ਪੈਂਦਾ ਸੀ 6 ਮਹੀਨਿਆਂ 'ਚ ਵਿਕੇ 2 ਸਾਲ 'ਚ ਵਿਕੇ ਸਾਲ 'ਚ ਵਿਕੇ ਕਿਉਂਕਿ 3 ਸਾਲ ਦੀ ਡੇਟ ਲਿਖੀ ਜਾਂਦੀ ਹੈ ਅੱਛਾ ਜੀ ਜਿਹੜਾ ਕੰਪਨੀ ਦਾ ਅਸੂਲ ਹੁੰਦਾ ਨਾ 3 ਸਾਲ ਦੀ ਡੇਟ ਪੈ ਜਾਣੀ ਹੈ ਤੇ 24 ਮੰਥ ਦੀ 3 ਸਾਲ ਦੀ 2.5 ਸਾਲ ਦੀ ਡੇਟ ਪੈ ਜਾਣੀ ਹੈ ਜਦ ਕਿ ਮੈਂ ਕਹਿੰਦਾ ਵੀ 2.5-3 ਸਾਲ ਮੋਰਿੰਗਾ ਕੱਟਦਾ ਹੀ ਨਹੀਂ ਕਰੀ ਅਕਸਰ ਨੂੰ ਪੱਤਾ ਵਾ ਉਹਦੀ ਉਹਦੀ ਨਿਊਟ੍ਰੀਸ਼ਨ ਵੈਲਿਊ ਤਾਂ ਘਟੂਗੀ ਵੀ 6 ਮਹੀਨੇ ਦੇ ਵਿੱਚ ਵਿੱਚ ਇਹਨੂੰ ਖਾ ਲਓ ਤਾਂ ਬਹੁਤ ਵਧੀਆ ਗੱਲ ਹੈ ਇਸ ਤੋਂ ਜ਼ਿਆਦਾ ਟਾਈਮ ਇਹਨੂੰ ਨਾ ਕੋਈ ਕੈਮੀਕਲ ਨਹੀਂ ਪੈਂਦਾ ਬਸ ਇੰਨਾ ਵੀ ਇਹਦੀ ਨਿਊਟ੍ਰੀਸ਼ਨ ਮਾਤਰਾ ਜਿਹੜੀ ਘਟ ਜਾਂਦੀ ਬਿਲਕੁਲ ਬਿਲਕੁਲ ਇਸੇ ਕਰਕੇ ਅਸੀਂ ਫਿਰ ਆਹ ਚੀਜ਼ ਤਿਆਰ ਕਰੀ ਜੀ ਵੀ ਆਪਦੇ ਖੇਤ ਦਾ ਤੋੜਦੇ ਆ ਆਪਦਾ ਸੁਕਾਉਂਦੇ ਆ ਸਿੱਧਾ ਤਿਆਰ ਕਰਦੇ ਆ 5-4 ਕਿਲੋ ਤਿਆਰ ਕਰਿਆ 2 ਦਿਨਾਂ 'ਚ ਜਾਂ 10 ਦਿਨਾਂ 'ਚ ਤੁਹਾਡਾ ਸੇਲ ਹੋ ਗਿਆ ਦੁਬਾਰਾ ਫਿਰ ਤਿਆਰ ਕਰ ਲਿਆ ਜੀ ਜਾਨੀ ਜਿੰਨਾ ਇਹ ਪੁਰਾਣਾ ਹੁੰਦਾ ਜਾਊਗਾ ਇਹਦੀ ਨਿਊਟ੍ਰੀਸ਼ਨ ਮਾਤਰਾ ਘਟ ਜਾਏਗੀ 6 ਮਹੀਨੇ ਤੋਂ ਉੱਪਰ ਨੂੰ ਜਾਊਗਾ ਤਾਂ ਉਹਦੀ ਨਿਊਟ੍ਰੀਸ਼ਨ ਮਾਤਰਾ ਨਿਊਟ੍ਰੀਸ਼ਨ ਵੈਲਿਊ ਦੀ ਘਟਣੀ ਹੀ ਘਟਣੀ ਹੈ ਜੀ ਇਹੀ ਗੱਲ ਸਮਝਾਉਣ ਲਈ ਹੁਣ ਮੈਂ ਦੇਖਿਆ ਲੋਕ ਪਤਾ ਕੀ ਇੱਕ ਗੱਲ ਹੋਰ ਸੋਚਦੇ ਆ ਸਾਰਿਆਂ ਨੇ ਤੁਸੀਂ ਵੀ ਇਹ ਗੱਲ ਸੋਚਣੀ ਹੈ ਜੀ ਫਲਾਨੀ ਜਗ੍ਹਾ ਤੋਂ ਸਸਤਾ ਮਿਲਦਾ ਜੀ ਜੀ ਪੰਸਾਰੀ ਦੇ ਤੋਂ 200 ਰੁਪਏ ਕਿਲੋ ਮਿਲਦਾ ਜੀ ਜੀ ਤੁਸੀਂ ਰੇਟ ਇੰਨਾ ਕਹਿੰਦੇ ਹੋ ਫਲਾਨੀ ਕੰਪਨੀ ਦਾ ਰੇਟ ਇੰਨਾ ਘੱਟਾ ਜੀ ਤੁਸੀਂ ਇੰਨਾ ਮਹਿੰਗਾ ਕਿਉਂ ਦਿੰਦੇ ਹੋ ਆਪਣੀ ਸਿਹਤ ਪਿੱਛੇ ਵੀ ਉਹਨਾਂ ਨੇ ਜੀ ਸਿਰਫ ਕਿਸਾਨ ਤੋਂ ਖਰੀਦਿਆ ਜੀ ਉਹ ਕਿਵੇਂ ਤਿਆਰ ਕਰਿਆ ਗਿਆ ਕਿਵੇਂ ਨਹੀਂ ਤਿਆਰ ਕਰਿਆ ਗਿਆ ਸਿੱਧਾ ਆਇਆ ਪੈਕ ਕਰਿਆ ਉਹ 6 ਮਹੀਨੇ ਪਿਆ ਰਹੇ 2 ਸਾਲ ਪਿਆ ਰਹੇ ਤੁਸੀਂ ਜਾਣਾ ਪੈਸੇ ਫੜਾਉਣੇ ਆ ਖਾਣਾ ਪੱਲੇ ਤੁਹਾਡੇ ਕੱਖ ਨਹੀਂ ਪੈਣਾ ਹੈਗਾ ਤੁਸੀਂ ਬਾਅਦ 'ਚ ਕਹਿਣਾ ਜੀ ਇੰਨੇ ਇੰਨਾ ਇਹਨਾਂ ਨੇ ਮੋਰਿੰਗੇ ਦਾ ਰੌਲਾ ਪਾਇਆ ਸੀਗਾ ਇਹਦੇ 'ਚ ਤਾਂ ਹੈ ਹੀ ਕੁਛ ਨਹੀਂ ਜਦਕਿ ਮੈਂ ਇਹ ਚੀਜ਼ ਪ੍ਰੂਫ ਕਰ ਸਕਦਾ ਵਾਂ ਆਹ ਚੀਜ਼ ਆਪਾਂ ਦਿਖਾਉਣੀ ਜ਼ਰੂਰ ਚਾਹੂੰ ਮੈਂ 113 ਸਾਇੰਟਿਸਟਾਂ ਨੇ ਇਹਤੇ ਸਟੱਡੀ ਕਰੀ ਹੈ ਜੀ ਮੋਰਿੰਗਾ ਓਲੀਫੇਰਾ 'ਤੇ ਸਭ ਦੇ ਨਾਮ ਪਤੇ ਐਡਰੈਸ ਅਤੇ ਸਭ ਦੀਆਂ ਕਿਹੜੇ ਸੰਨ ਦੇ ਵਿੱਚ ਹੋਈ ਆ ਮੰਨ ਲਓ ਜਿਵੇਂ 2014 ਦੇ ਵਿੱਚ ਹੋਈ ਆ ਠੀਕ ਹੈ ਜੀ ਆਹ 2010 ਦੇ ਵਿੱਚ ਸਟੱਡੀ ਹੋਈ ਆ 2001 ਦੇ ਵਿੱਚ ਸਟੱਡੀ ਹੋਈ ਆ 2012 'ਚ ਹੋਈ ਆ 1996 'ਚ ਹੋਈ ਆ 2015 'ਚ ਹੋਈ ਆ 2007 'ਚ ਹੋਈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੇ 113 ਸਾਇੰਟਿਸਟਾਂ ਦੀ ਸਟੱਡੀ ਹੈ ਜੀ ਇਹ ਮੋਰਿੰਗਾ ਓਲੀਫੇਰਾ 'ਤੇ ਆਹ ਦੇਖੋ 78 ਆ ਗਿਆ 113 ਸਾਇੰਟਿਸਟਾਂ ਦੀ ਹਰ ਇੱਕ ਦਾ ਨਾਮ ਪਤਾ ਐਡਰੈਸ ਸਨ ਸਭ ਕੁਝ ਲਿਖਿਆ ਪਿਆ ਵਾ ਆਪਾਂ ਉਹ ਚੀਜ਼ ਦਿਖਾਈ ਆ ਜਿਹੜੀ ਅੱਜ ਤੱਕ ਕਿਸੇ ਨੇ ਕਦੇ ਸਾਹਮਣੇ ਨਹੀਂ ਲੈ ਕੇ ਆਉਂਦੀ ਹਰ ਇੱਕ ਨੇ ਜਦੋਂ ਵੀਡੀਓ ਪਈਆਂ ਨੇ ਕਹਿੰਦਾ ਆਪਣੇ ਲੋਕਾਂ ਨੇ ਖਾਸ ਕੀ ਹੁੰਦਾ ਭੇਡ ਚਾਲ ਆਪਣੇ ਲੋਕਾਂ 'ਚ ਬਹੁਤ ਆ ਜੀ ਉਹ ਕਹਿ ਦਿੰਦੇ ਆ ਜੀ ਇੰਨੇ ਦਰਖਤ ਖੜੇ ਆ ਇੱਥੋਂ ਤੋੜ ਕੇ ਖਾ ਲਓ ਤੁਸੀਂ ਜਦ ਕਿ ਜਦੋਂ ਤੁਹਾਡਾ ਪੌਦਾ 8-10 ਫੁੱਟ ਤੋਂ ਉੱਪਰ ਚਲਿਆ ਜਾਂਦਾ ਜਿੰਨਾ ਪੁਰਾਣਾ ਹੋਈ ਜਾਂਦਾ ਉਹਦੀ ਨਿਊਟ੍ਰੀਸ਼ਨ ਵੈਲਿਊ ਘੱਟਦੀ ਜਾਂਦੀ ਹੈ ਪੌਦਾ ਤੁਸੀਂ ਜਿੰਨਾ ਛੋਟੇ ਪੌਦੇ ਤੋਂ ਤਿਆਰ ਕਰੋਗੇ ਉਨੀ ਨਿਊਟ੍ਰੀਸ਼ਨ ਵੈਲਿਊ ਵੱਧ ਹੁੰਦੀ ਹੈ ਹੁਣ ਮੈਂ ਕਹਿ ਰਿਹਾ ਮੈਂ ਵੀ ਇਹਦਾ ਆਪਾਂ ਖਾਣ ਦਾ ਤਰੀਕਾ ਵੀ ਬਿਲਕੁਲ ਚੁਟਕੀ ਦਾ ਹੋਣਾ ਚਾਹੀਦਾ ਵਾ ਚੁਟਕੀ ਤੋਂ ਸ਼ੁਰੂਆਤ ਹੋਣੀ ਚਾਹੀਦੀ ਆ ਲੋਕ ਜਿਹੜੇ ਵੀਡੀਓ ਪਾਉਂਦੇ ਉਹ ਕਹਿੰਦੇ ਜੀ ਅੱਧਾ ਚਮਚ ਖਾਓ ਇਹਦਾ ਤੁਸੀਂ ਕਾਰਨ ਕੀ ਵੀ ਕੁਆਲਿਟੀ ਦਾ ਫਰਕ ਪੈ ਜਾਂਦਾ ਵਾ ਜਿਹੜੀ ਚੀਜ਼ ਦੇ ਵਿੱਚ ਤਾਕਤ ਨਹੀਂ ਹੋਊ ਹੁਣ ਜਿਵੇਂ ਦੇਸੀ ਘਿਓ ਆ ਕੋਈ 200 ਰੁਪਏ 400 ਰੁਪਏ 500 ਰੁਪਏ ਕਿਲੋ ਮਿਲ ਰਿਹਾ ਵਾ ਇੱਕ ਪਾਸੇ ਉਹੀ ਦੇਸੀ ਘਿਓ 3000 ਰੁਪਏ ਕਿਲੋ ਵੀ ਹੈ ਸ਼ੁੱਧ ਦੇਸੀ ਘਿਓ ਆ ਜਿਹੜਾ ਹੁਣ ਜਿਹਨੇ 500 ਰੁਪਏ ਕਿਲੋ ਵਾਲਾ ਖਾਧਾ ਹੋਊਗਾ ਉਹਦੇ 3000 ਵਾਲਾ ਤਾਂ ਨਹੀਂ ਪਚਣਾ ਤਾਂ ਕਰਕੇ ਆ ਵੀ ਉਨੇ ਕੁ ਹੀ ਕੁਆਂਟਿਟੀ ਲੈਣੀ ਪੈਣੀ ਆ ਅਤੇ ਇਹਦੇ ਫਾਇਦੇ ਫਿਰ ਤੁਹਾਨੂੰ ਤੁਸੀਂ ਰਿਜ਼ਲਟ ਆਪ ਲੋਕਾਂ ਨੂੰ ਦੱਸਦੇ ਫਿਰੋਗੇ ਕਿੰਨੀ ਯਾਦ ਸ਼ਕਤੀ ਤੁਹਾਡੀ ਕਮਜ਼ੋਰ ਹੁੰਦੀ ਜਾਂਦੀ ਹੋਵੇ ਤੁਹਾਨੂੰ ਹਰ ਚੀਜ਼ ਯਾਦ ਰਹੂਗੀ ਕਿੰਨਾ ਤੁਹਾਨੂੰ ਆਕਸੀਜਨ ਦਾ ਜਿਹੜਾ ਲੈਵਲ ਆ ਘੱਟ ਰਿਹਾ ਵਾ ਉਹਨੂੰ ਤੁਹਾਡੇ ਨੂੰ ਵਧਾਓ ਕਰੋਨਾ 'ਚ ਇਹਨੇ ਇਹ ਚੀਜ਼ 'ਤੇ ਬਹੁਤ ਵਧੀਆ ਦੇ ਰਿਜ਼ਲਟ ਆਏ ਨੇ ਵੀ ਆਕਸੀਜਨ ਦਾ ਲੈਵਲ ਵਧਾਇਆ ਨੇ ਫੇਫੜਿਆਂ ਨੂੰ ਮਜ਼ਬੂਤ ਕਰਦਾ ਜਿਹੜੇ ਦਮੇ ਦੇ ਮਰੀਜ਼ ਨੇ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀ ਸਿਰਫ 3-4 ਹਫ਼ਤਿਆਂ 'ਚ ਹੀ 75% ਠੀਕ ਹੋ ਗਏ ਸੀਗੇ ਅਤੇ ਇੱਦਾਂ ਦੇ ਇਹਦੇ ਹਜ਼ਾਰਾਂ ਹੀ ਰਿਜ਼ਲਟ ਆਪਣੇ ਕੋਲ ਤਾਂ ਪਏ ਨੇ ਯਾਨੀ ਕਿ ਭਾਅ ਜੀ ਸਾਰੀਆਂ ਹੀ ਪ੍ਰੋਬਲਮ ਬਾਰੇ ਇਹੀ ਇੱਕੋ ਹੀ ਚੀਜ਼ ਆ ਕਿ ਜਿਹੜੀ ਆਪਾਂ ਖਾ ਸਕਦੇ ਹਾਂ ਦਵਾਈਆਂ ਛੁੱਟ ਸਕਦੀਆਂ ਆਪਣੀ ਬਿਲਕੁਲ ਜੀ 90% ਤੱਕ ਤਾਂ ਮੈਂ ਗਰੰਟੀ ਲੈਂਦਾ ਮੈਂ ਵੀ ਤੁਹਾਡੀਆਂ 90% ਤੱਕ ਦਵਾਈਆਂ ਬੰਦ ਹੋ ਸਕਦੀਆਂ ਇਹਦੇ ਨਾਲ ਜੀ ਜੇ ਤੁਹਾਨੂੰ ਵਰਤਣ ਦਾ ਸਹੀ ਤਰੀਕਾ ਵਾ ਪਰ ਇੱਕ ਚੀਜ਼ ਆ ਆਪਾਂ ਪਹਿਲਾਂ ਵੀ ਇਹ ਗੱਲ ਦੱਸੀ ਸੀ ਪਹਿਲੀ ਵੀਡੀਓ 'ਚ ਵੀ ਵੀ ਵਰਤਣ ਦੇ ਤਰੀਕੇ ਅਲੱਗ ਅਲੱਗ ਹੁੰਦੇ ਆ ਹਰ ਬਿਮਾਰੀ 'ਚ ਇੱਕੋ ਤਰੀਕੇ ਨਾਲ ਨਹੀਂ ਵਰਤਿਆ ਜਾਂਦਾ ਅਲੱਗ ਅਲੱਗ ਬਿਮਾਰੀ ਦਾ ਜਿਹੜਾ ਵਾ ਅਲੱਗ ਅਲੱਗ ਇਹਦਾ ਜਿਵੇਂ ਖਾਣ ਦਾ ਤਰੀਕਾ ਵਾ ਹਨਾ ਤੇ ਕਈ ਲੋਕ ਕਹਿ ਦਿੰਦੇ ਨੇ ਕਿ ਤੁਸੀਂ ਸਾਨੂੰ ਵੀਡੀਓ 'ਚ ਪੂਰਾ ਡਿਟੇਲ 'ਚ ਨਹੀਂ ਦੱਸਿਆ ਸੋ ਜਿਹਨੂੰ ਜਿਹੜੀ ਪ੍ਰੋਬਲਮ ਆ ਸੋ ਉਹਦੀ ਜਾਣਕਾਰੀ ਤੁਸੀਂ ਭਾਅ ਜੀ ਤੋਂ ਲੈ ਸਕਦੇ ਹੋ ਨੰਬਰ 'ਤੇ ਤੁਸੀਂ ਪੂਰਾ ਵੀ ਕਿਸ ਤਰ੍ਹਾਂ ਖਾਣਾ ਵਾ ਬਾਕੀ ਭਾਅ ਜੀ ਜੇ ਆਪਾਂ ਨੋਰਮਲ ਜਿਵੇਂ ਕਿ ਆਪਾਂ ਇੱਕ ਫੂਡ ਵਾਂਗੂ ਇਹਨੂੰ ਲੈਣਾ ਵਾ ਵੀ ਜਿਵੇਂ ਘਰ ਦੇ ਵਿੱਚ ਆਪਾਂ ਸਾਰੇ ਠੀਕ ਹਾਂ
फिर भी अपना इस चीज़ का जिहड़ा इस्तेमाल करते हैं भी साड़ी न्यूट्रिशन मात्रा जिहड़ी बनी रहे यानी इम्यूनिटी सिस्टम साडा मजबूत रहे, फिर आपां इहनूं किस तरह खाणा ते किन्ना खाणा। जी सही मायनिआं दे विच इह गल सही आ भी इह बीमारी आउण तों पहलां वरतणा चाहीदा ना कि बाद विच। जी बाद च तां तुसीं वरतणा वरतणा, पर जे तुसीं इहनूं बीमारी आउण तों पहलां वरतदे हो तां जिहड़ियां तुहाडे घरे बीमारियां आउणियां ने उह आउणगी नहीं, क्योंकि तुहाडे पोषक तत्त पूरे हो गए, पोषण दे तुसीं शिकार नहीं रहिणा तां तुहानूं बीमारी आउणी नहीं। आपां इहनूं दस दिंदे तुहानूं वरतणा किवें आ। ਜਿੱਦਾਂ ਆਮ ਤੁਸੀਂ ਮੰਨ ਲਓ ਜੇ ਛੋਟੇ ਬੱਚੇ ਨੂੰ ਕਿਸੇ ਨੂੰ ਦੇਣਾ 3 ਸਾਲ ਤੋਂ ਉੱਪਰ ਦੇ ਬੱਚੇ ਨੂੰ ਤੁਸੀਂ, ਤਾਂ ਤੁਸੀਂ ਇੰਨਾ ਕੀ ਦੇ ਸਕਦੇ ਹੋ? ਬਿਲਕੁਲ ਅੱਛਾ, ਇਸ ਤੋਂ ਵੀ ਘੱਟ, ਇਹ ਵੀ ਜ਼ਿਆਦਾ ਹੀ ਮੰਨ ਲਓ, ਮੈਂ ਜ਼ਿਆਦਾ ਹੀ ਚੱਕ ਲਿਆ, ਇੰਨਾ ਕੀ ਦੇ ਸਕਦੇ? ਬਿਲਕੁਲ ਹੀ ਚਮਚ ਦੀ ਡੰਡੀ ਦੇ ਉੱਪਰ, ਬਿਲਕੁਲ ਨੋਕ ਤੇ ਚੜ ਕੇ ਜੀ, ਇੰਨੇ ਕੁ ਤੋਂ ਥੋੜ੍ਹਾ ਥੋੜ੍ਹਾ ਵਧਾ ਸਕਦੇ ਹੋ ਹਫ਼ਤੇ ਹਫ਼ਤੇ ਬਾਅਦ। ਜੀ ਜੇ ਤੁਸੀਂ ਆਪ ਕਿਸੇ ਵੱਡੇ ਨੇ ਸ਼ੁਰੂ ਕਰਨਾ ਵਾ ਜਿਨ੍ਹਾਂ ਦੀ ਉਮਰ 18-20 ਸਾਲ ਆ ਉਸ ਤੋਂ ਉੱਪਰ ਉਮਰ ਦੇ, ਤਾਂ ਉਹ ਚਮਚ ਦੀ ਡੰਡੀ 'ਤੇ ਇੰਨਾ ਚੜ ਸਕਦੇ ਆ, 1/2 ਇੰਚ ਜੀ, 1/2 ਇੰਚ ਚਮਚ ਦੀ ਡੰਡੀ 'ਤੇ ਚਾੜ ਕੇ ਵਰਤਣਾ ਸ਼ੁਰੂ ਕਰ ਸਕਦੇ ਆ। ਉਸ ਤੋਂ ਬਾਅਦ ਤੁਸੀਂ ਹਰ ਹਫ਼ਤੇ ਥੋੜ੍ਹਾ ਥੋੜ੍ਹਾ ਵਧਾਉਂਦੇ ਵਧਾਉਂਦੇ ਲਾਸਟ ਡੋਜ਼ ਇਹਦੀ 1/2 ਚਮਚ ਤੱਕ ਲੈ ਸਕਦੇ ਹੋ, ਉਹ ਵੀ ਘੱਟੋ ਘੱਟ ਮਹੀਨੇ 1.5 ਮਹੀਨੇ ਦੇ ਵਿੱਚ, ਇਹ ਨਹੀਂ 2 ਮਹੀਨੇ ਵੀ ਲੱਗ ਸਕਦੇ ਆ, ਹੋ ਸਕਦਾ ਤੁਸੀਂ 6 ਮਹੀਨਿਆਂ 'ਚ ਵੀ ਇਹਨਾਂ ਨਾ ਖਾ ਸਕੋ। ਜੀ ਆਪਣੀ ਬੋਡੀ ਦਾ ਹਿਸਾਬ, ਆਪਣੀ ਆਪਣੀ ਬੋਡੀ ਦਾ ਹਿਸਾਬ ਆ। ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਦੱਸਿਆ ਸੀਗਾ ਕਿ ਮੇਰੇ ਕੋਲ ਇੱਦਾਂ ਦਾ ਪੇਸ਼ੈਂਟ ਸੀਗਾ ਜਿਹਨਾਂ 10 ਸਾਲ ਦਾ ਯੂਰਿਕ ਐਸਿਡ ਸਿਰਫ 1/2 ਚਮਚ ਦੀ ਡੰਡੀ 'ਤੇ ਪਾ ਕੇ ਖਾਣ ਨਾਲ ਠੀਕ ਹੋ ਗਿਆ। ਜੀ 1 ਮਹੀਨੇ 'ਚ ਰਿਪੋਰਟ ਵੀ ਨੋਰਮਲ ਆ ਗਈ ਸੀ ਇਹਨਾਂ ਦੀ। ਤੇ ਰੈਗੂਲਰ ਖਾਣਾ ਇਹਨੂੰ ਕਿਸ ਤਰ੍ਹਾਂ ਖਾਣਾ, ਉਹ ਵੀ ਤੁਸੀਂ ਸਾਰੀ ਜਾਣਕਾਰੀ ਦੇ ਦਿਓ। 2 ਟਾਈਮ ਖਾਣਾ ਇਹਨੂੰ, ਸਿੰਪਲ ਜਿਹਾ ਇਹਦਾ ਖਾਣ ਦਾ ਤਰੀਕਾ ਹੁੰਦਾ ਜੀ, ਜਿਹਨੇ ਆਮ ਆਪਣੀ ਸਿਹਤ ਲਈ ਖਾਣਾ ਵਾ। ਤੁਸੀਂ ਜਿੱਦਾਂ ਇੱਦਾਂ ਚਮਚੇ ਨਾਲ ਚੱਕਿਆ, ਇਹਨੂੰ ਮੂੰਹ ਦੇ ਵਿੱਚ ਪਾਊਡਰ ਨੂੰ ਪਾਇਆ, 1 ਘੁੱਟ ਪਾਣੀ ਦੀ ਭਰੀ, ਜਿੱਦਾਂ ਆਪਾਂ ਕੁਰਲੀ ਘੁਮਾਉਂਦੇ ਹਾਂ, ਘੁਮਾ ਕੇ ਇਹਨੂੰ ਅੰਦਰ ਲਾਈ, ਇੰਨਾ ਕੀ ਆ। ਰੋਟੀ ਤੋਂ ਬਾਅਦ ਖਾਓ, ਰੋਟੀ ਤੋਂ ਕਦੇ ਵੀ ਖਾਲੀ ਪੇਟ ਇਹਨੂੰ ਖਾਇਓ ਨਾ। ਉਹਦਾ ਕਾਰਨ ਦੱਸ ਦਿੰਦਾ ਵਾ, ਕਿਉਂਕਿ ਥੋੜ੍ਹਾ ਜਿਹਾ ਗਰਮ ਅਤੇ ਖੁਸ਼ਕ ਹੁੰਦਾ ਵਾ, ਪਿੱਤ ਦੇ ਮਰੀਜ਼ ਲਈ ਇਹ ਬਾਹਲਾ ਵਧੀਆ ਨਹੀਂ ਹੁੰਦਾ, ਜਿਹਦਾ ਬਾਤ ਅਤੇ ਕਾਫਾ ਉਹਦੇ ਲਈ ਬਹੁਤ ਵਧੀਆ, ਜਿੰਨਾ ਜੋੜ ਦਰਦ ਕਰਦੇ ਜਾਂ ਇੱਦਾਂ ਦੀਆਂ ਪ੍ਰੋਬਲਮਾਂ ਨੇ। ਇਹ ਚੀਜ਼ ਤੁਹਾਨੂੰ ਜ਼ਿਆਦਾ ਨਹੀਂ ਕਿਸੇ ਨੇ ਦੱਸਣੀ ਹੈਗੀ, ਹਰ ਇੱਕ ਨੇ ਆਪਦੀ ਸੇਲ ਵਧਾਉਣ ਲਈ ਕੰਮ ਕਰਨਾ। ਯਾਨੀ ਕਿ ਪਿੱਤ ਵਾਲੇ ਜਿਹੜੇ ਉਹ ਜਿਹੜਾ ਪਿੱਤ ਦਾ ਜੀ ਨਹੀਂ ਖਾ ਸਕਦੇ ਆ ਜੀ, ਉਹਨਾਂ ਨੇ ਰੋਟੀ ਦੇ ਵਿਚਾਲੇ ਖਾਣਾ ਹੈ। ਅੱਛਾ ਜੀ, ਖਾਣ ਦਾ ਤਰੀਕਾ ਜਾਨੀ ਖਾਣ ਦਾ ਤਰੀਕਾ ਗੱਲ ਉੱਥੇ ਹੀ ਆ ਗਈ, ਜਿੰਨਾ ਯਾਰ ਤੁਹਾਨੂੰ ਖਾਣ ਦਾ ਤਰੀਕਾ ਨਹੀਂਗਾ ਤੁਸੀਂ ਇਹਨੂੰ ਵਰਤ ਨਹੀਂ ਸਕਦੇ। ਹੁਣ ਜੇ ਆਪਾਂ ਇਹਦੇ ਗੁਣ ਗਣਾਤੇ ਜੀ, ਆਹ ਅਗਰ ਚੱਕਿਆ ਪਿੱਤ ਵਾਲੇ ਨੇ ਖਾ ਲਿਆ ਤਾਂ ਉਹਦੇ ਚੱਕਰ ਬਣਾ ਦੇਣੇ ਨੇ ਬਹੁਤ ਜ਼ਿਆਦਾ, ਜੀ ਜੀ ਬੀਪੀ ਵੀ ਉਹਦੇ ਗਰਮੈਸ ਬਹੁਤ ਜ਼ਿਆਦਾ ਹੋ ਜਾਣੀ ਉਹਦੇ ਪੇਟ 'ਚ। ਪਰ ਜੇ ਉਹਨੇ ਇਹਨੂੰ ਰੋਟੀ ਦੇ ਵਿਚਾਲੇ ਖਾ ਲਿਆ ਤਾਂ ਉਹ ਨੁਕਸਾਨ ਕਰਨ ਦੀ ਜਗ੍ਹਾ ਉਹਨੂੰ ਫਾਇਦੇ ਕਰੂ। ਜੀ ਇਸੇ ਤਰ੍ਹਾਂ ਹਰ ਬਿਮਾਰੀ ਦੇ ਵਿੱਚ ਇਹਨੂੰ ਅਲੱਗ ਅਲੱਗ ਤਰੀਕੇ ਨਾਲ। ਦੇਖੋ ਜੀ, ਇਹ ਧਿਆਨ ਨਾਲ ਸੁਣ ਲਿਓ ਕਿ ਵਾਤ ਕਫ ਵਾਲੇ ਜਿਹੜੇ ਇਸ ਤਰ੍ਹਾਂ ਇਸਤੇਮਾਲ ਕਰ ਸਕਦੇ, ਜਿਵੇਂ ਭਾਜੀ ਨੇ ਦੱਸਿਆ, ਜਿਹੜੇ ਪਿੱਤ ਪ੍ਰਕਿਰਤੀ ਵਾਲੇ ਨੇ ਉਹ ਤੁਸੀਂ ਜਦੋਂ ਰੋਟੀ ਖਾ ਰਹੇ ਹੋ ਰੋਟੀ ਦੇ ਵਿੱਚ, ਯਾਨੀ ਕਿ ਜਿਵੇਂ ਤੁਸੀਂ 2 ਫੁਲਕੇ ਖਾਣੇ ਆ, 1 ਫੁਲਕਾ ਖਾ ਕੇ ਉਹਦੇ ਵਿੱਚ ਤੁਸੀਂ ਜਿੰਨਾ ਭਾਜੀ ਨੇ ਦੱਸਿਆ ਉਹ ਮਰਿੰਗੇ ਨੂੰ ਖਾ ਕੇ ਉਸ ਤੋਂ ਬਾਅਦ ਫਿਰ ਰੋਟੀ ਖਾਣੀ ਆ, ਫਿਰ ਉਹ ਤੁਹਾਡਾ ਅਸਰ ਕਰੂਗਾ। ਜੇ ਤੁਸੀਂ ਉਹਨੂੰ ਜਿਵੇਂ ਵੈਸੇ ਭਾਜੀ ਨੇ ਦੱਸਿਆ ਪਾਣੀ ਦੀ ਕੁਰਲੀ ਵਾਂਗੂ ਤੁਸੀਂ ਖਾਓਗੇ, ਫਿਰ ਤੁਹਾਡਾ ਜਿਹੜਾ ਬੀਪੀ ਵੀ ਚੱਕਿਆ ਜਾਊਗਾ, ਪੇਟ ਵੀ ਖਰਾਬ ਹੋਊਗਾ, ਲੂਜ ਮੋਸ਼ਨ ਹੋ ਜਾਣਗੇ, ਯਾਨੀ ਕਿ ਬਹੁਤ ਜਿਵੇਂ ਅੰਦਰ ਪਹਿਲਾਂ ਹੀ ਗਰਮੀ ਆ ਤੇ ਇਹ ਵੀ ਜਿਹੜਾ ਗਰਮ ਤੇ ਖੁਸ਼ਕ ਹੁੰਦਾ ਵਾ ਤੇ ਫਿਰ ਉਹਦੇ ਨਾਲ ਦਿੱਕਤ ਆ ਸਕਦੀ ਹੈ ਤੁਹਾਨੂੰ। ਹੁਣ ਇਹਦੇ ਵਿੱਚ ਵੀ ਮੈਂ ਕਿਸੇ ਹੋਰ ਚੀਜ਼ ਦੱਸ ਦਿੰਦਾ ਤੁਹਾਨੂੰ, ਬਾਤ ਦੇ ਮਰੀਜ਼ਾਂ ਲਈ ਮਰਿੰਗਾ ਅਲੱਗ ਵਰਤਿਆ ਜਾਂਦਾ ਜੀ, ਬਾਤ ਤੇ ਕਫ ਦੇ ਮਰੀਜ਼ਾਂ ਲਈ, ਤਾਂ ਜਿਹੜਾ ਪਿੱਤ ਦਾ ਮਰੀਜ਼ ਆ ਉਹਦੇ ਲਈ ਅਲੱਗ ਮਰਿੰਗਾ ਆਯੁਰਵੈਦ ਦੇ ਵਿੱਚ, ਜਿਹਨੂੰ ਸੁਹੰਜਣਾ ਕਹਿੰਦੇ ਹਾਂ ਆਪਾਂ ਜੀ, ਤੇ ਜਿਹੜੇ ਕਫ ਤੇ ਇਹਦੇ ਬਾਤ ਦੇ ਨੇ ਇਹਨਾਂ ਲਈ ਅਲੱਗ। ਇਹ ਚੀਜ਼ ਕਿ ਪੂਰੀ YouTube ਤੇ ਨਹੀਂ ਕਿਸੇ ਨੇ ਦੱਸੀ ਹੋਣੀ ਅੱਜ ਤੱਕ। ਦੇਖੋ ਜੀ, ਇਹ ਜਾਣਕਾਰੀ ਜਿਹੜੀ ਆ ਬਹੁਤ ਹੀ ਇੰਪੋਰਟੈਂਟ ਆ, ਕਿ ਤੁਸੀਂ ਇਹ ਧਿਆਨ ਰੱਖਣਾ ਕਿ ਤੁਸੀਂ ਵਾਤ ਕਫ ਜਾਂ ਪਿੱਤ ਕਿਹੜੇ ਪ੍ਰਕਿਰਤੀ ਵਾਲੇ ਹੋ, ਫਿਰ ਉਹਦੇ ਅਕੋਰਡਿੰਗ ਹੀ ਤੁਸੀਂ ਮਰਿੰਗਾ ਇਸਤੇਮਾਲ ਕਰਨਾ। ਇਹ ਨਹੀਂ ਵੀ ਤੁਸੀਂ ਸਾਡੇ ਕੋਲ ਲੈ ਕੇ ਇਸਤੇਮਾਲ ਕਰ ਰਹੇ ਹੋ, ਚਾਹੇ ਤੁਸੀਂ ਕਹੋ ਵੀ ਬਾਹਰੋਂ ਅਸੀਂ ਲੈ ਕੇ ਇਸਤੇਮਾਲ ਕਰ ਰਹੇ ਹਾਂ, ਉਹਦਾ ਵੀ ਤੁਸੀਂ ਉਸੇ ਤਰ੍ਹਾਂ ਹੀ ਇਸਤੇਮਾਲ ਕਰਨਾ ਜਿਸ ਤਰ੍ਹਾਂ ਭਾਜੀ ਨੇ ਦੱਸਿਆ ਹੈਗਾ। ਬਾਕੀ ਤੁਸੀਂ ਇਹ ਜਿਹੜਾ ਪਾਊਡਰ ਆ ਤੁਸੀਂ ਭਾਜੀ ਕੋ ਵੀ ਮੰਗਾ ਸਕਦੇ ਹੋ। ਬਾਕੀ PKM1 ਜਿਹੜੀ ਕਿਸਮ ਆ ਉਹਦਾ ਬੂਟਾ ਲਿਆ ਕੇ ਤੁਸੀਂ ਘਰੇ ਤਿਆਰ ਕਰਕੇ ਉਹਦੇ ਪੱਤੇ ਜਿਹੜੇ ਆ ਤੁਸੀਂ ਛਾਂ ਦੇ ਵਿੱਚ ਸੁਕਾ ਕੇ ਤੇ ਉਹਦਾ ਪਾਊਡਰ ਤਿਆਰ ਕਰਕੇ ਤੁਸੀਂ ਇਸਤੇਮਾਲ ਕਰ ਸਕਦੇ ਹੋ, ਅਦਰਵਾਈਜ਼ ਤੁਸੀਂ ਭਾਜੀ ਤੋਂ ਵੀ ਮੰਗਾ ਸਕਦੇ ਹੋ। ਜੇ ਕਿਤੇ ਹੋਰ ਤੁਸੀਂ ਲੈਣਾ ਉਹਦਾ ਨੁਕਸਾਨ ਕੋਈ ਨਹੀਂ ਆ, ਬਸ ਇੰਨਾ ਭਾਜੀ ਨੇ ਦੱਸਿਆ ਕਿ ਉਹਦੀ ਨਿਊਟ੍ਰੀਸ਼ਨ ਮਾਤਰਾ ਜਿਹੜੀ ਆ ਉਹ ਓਨੀ ਨਹੀਂ ਹੁੰਦੀ ਜਿੰਨੀ ਕਿ ਆਪਾਂ ਜਿਹੜੀ ਤਾਜ਼ੀ ਚੀਜ਼ ਤਿਆਰ ਕਰਦੇ ਹਾਂ। ਹੁਣ ਕਦੇ ਵੀ ਦੇਖੋ ਆਪਾਂ ਜਿਹੜੀ ਤਾਜ਼ੀ ਚੀਜ਼ ਤਿਆਰ ਕਰਦੇ ਹਾਂ ਉਹ ਜਿਹੜੀ ਚੀਜ਼ ਖਾਣ ਦੇ ਨਾਲ ਆਪਣੀ ਸਿਹਤ ਵਧੀਆ ਰਹਿੰਦੀ, ਜਿੰਨੀ ਬਾਸੀ ਆਪਾਂ ਖਾਈ ਜਾਵਾਂਗੇ ਯਾਨੀ ਕਿ ਡੱਬਾ ਬੰਦ ਕੋਈ ਵੀ ਚੀਜ਼ ਆਪਾਂ ਖਾਂਦੇ ਹਾਂ ਤੇ ਉਹ ਆਪਣੇ ਵਾਸਤੇ ਨੁਕਸਾਨਦਾਇਕ ਹੁੰਦੀਆਂ ਨੇ। ਇੱਕ ਚੀਜ਼ ਹੋਰ ਵੀ ਆ ਜੀ, ਅੱਜ ਕੱਲ੍ਹ ਨਾ ਵਿੱਚ ਬੰਦੇ ਕਈ ਖੇਤੀ ਕਰ ਰਹੇ ਆ ਜੀ, ਪਰ ਉਹ ਘਰ ਪਤਾ ਕੀ ਰਹੇ ਨੇ, 15-15-20-20 ਫੁੱਟ ਦੇ ਪੌਦੇ ਹੋਏ ਪਏ ਉਹਨਾਂ ਦੇ, ਉਹਨਾਂ ਦੇ ਉੱਪਰੋਂ ਤੋੜ ਕੇ ਉਹ ਸਸਤਾ ਵੇਚੀ ਜਾਂਦੇ ਆ। ਲੋਕ ਸਾਡੇ ਹਮੇਸ਼ਾ ਸਸਤੇ ਵੱਲ ਨੂੰ ਜਾਂਦੇ ਆ, ਕਦੇ ਕੁਆਲਿਟੀ ਤੇ ਨਿਊਟ੍ਰੀਸ਼ਨ ਵੈਲਿਊ ਨਹੀਂ ਦੇਖਦੇ। ਜੀ ਜੀ ਜੀ, ਪਰ ਇਹ ਸਾਨੂੰ ਚੀਜ਼ ਵਿਚਾਰਨੀ ਪਊ ਜੇ ਅਸੀਂ ਇਹਦੇ ਫਾਇਦੇ ਲੈਣੇ ਆ।
ਤਾਂ ਕੁਆਲਿਟੀ ਵੀ ਮੇਨਟੇਨ ਹੋਣੀ ਚਾਹੀਦੀ ਆ, ਨਿਊਟ੍ਰੀਸ਼ਨ ਵੈਲਿਊ ਵੀ ਸਹੀ ਹੋਣੀ ਚਾਹੀਦੀ ਆ। ਦੇਖੋ ਜੀ, ਆਪਾਂ ਕੱਪੜਾ ਖਰੀਦਣ ਜਾਂਦੇ ਹਾਂ ਚਾਹੇ ਆਪਾਂ ਜੁੱਤੀ ਖਰੀਦਦੇ ਹਾਂ, ਉਹਦਾ ਆਪਾਂ ਬ੍ਰਾਂਡ ਦੇਖਦੇ ਹਾਂ, ਕੁਆਲਿਟੀ ਦੇਖਦੇ ਹਾਂ, ਤੇ ਇਹ ਤੇ ਆਪਣੀ ਸਿਹਤ ਵਾਸਤੇ ਆ। ਸੋ ਆਪਣੀ ਸਿਹਤ ਵਾਸਤੇ ਕੰਪੈਰੀਜ਼ਨ ਨਾ ਕਰਿਆ ਕਰੋ ਕਿ ਇੱਥੋਂ 300 ਦਾ ਮਿਲਦਾ, ਇੱਥੋਂ 200 ਦਾ ਮਿਲਦਾ ਵਾ, ਚਾਹੇ ਤੁਸੀਂ ਇੰਨੇ ਦਾ ਦਿੰਦੇ ਹੋ ਚਾਹੇ ਅਸੀਂ ਕਿਤੇ ਹੋਰ ਇੰਨੇ ਦਾ ਲੈ ਕੇ ਆਉਂਦੇ ਹਾਂ। ਜੇ ਕੁਆਲਿਟੀ ਆਪਾਂ ਆਪਣੀ ਬਾਡੀ ਦੇ ਉੱਤੇ ਪਾਉਣ ਵਾਲੀਆਂ ਚੀਜ਼ਾਂ ਦੀ ਦੇਖਦੇ ਹਾਂ, ਤੇ ਬਾਡੀ ਦੇ ਅੰਦਰ ਸੁੱਟਣ ਵਾਲੀ ਚੀਜ਼ ਦੀ ਵੀ ਆਪਾਂ ਕੁਆਲਿਟੀ ਵੇਖੀਏ ਕਿ ਅਸੀਂ ਕੀ ਸੁੱਟ ਰਹੇ ਹਾਂ ਉਸ ਦੇ ਅੰਦਰ। ਉਹਦੇ ਵਿੱਚ ਜਾਨੀ ਕਿ ਇੱਕ ਜਨਾਨੀ ਮੰਨ ਲਓ ਵੀ ਉਹ ਦੇਖਦੀ ਆ ਕਿ ਮੇਰਾ ਬੇਟਾ ਉਹ ਆਹ ਚੀਜ਼ ਖਾ ਲੇ, ਮੇਰਾ ਪਤੀ ਆਹ ਚੀਜ਼ ਖਾ ਲੇ, ਚਾਹੇ ਤਾਜ਼ੀ ਖਾ ਲੇ। ਜਨਾਨੀ ਜ਼ਿਆਦਾਤਰ ਇਹ ਕਰਦੀਆਂ ਨੇ। ਜਨਾਨੀਆਂ ਨੂੰ ਆਪਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਪਤੀ, ਆਪਣੇ ਭਰਾ, ਆਪਣੇ ਬੱਚੇ ਵੱਲ ਧਿਆਨ ਦੇ ਰਹੇ ਹੋ, ਫਿਕਰ ਕਰ ਰਹੇ ਹੋ ਕਿ ਉਹ ਕਿਤੇ ਗਲਤ ਤੇ ਨਹੀਂ ਕੁਛ ਕਰ ਰਿਹਾ, ਚਾਹੇ ਉਹ ਕਿਤੇ ਗਲਤ ਪਾਸੇ ਤਾਂ ਨਹੀਂ ਜਾ ਰਹੇ, ਚਾਹੇ ਉਹ ਗਲਤ ਤਾਂ ਨਹੀਂ ਖਾ ਰਹੇ, ਪਰ ਤੁਸੀਂ ਆਪਣੇ ਆਪ ਦਾ ਧਿਆਨ ਨਹੀਂ ਰੱਖਦੇ। ਕਿਉਂਕਿ ਆਮ ਲੇਡੀਜ਼ ਦੀ ਪ੍ਰੋਬਲਮ ਹੁੰਦੀ ਆ ਵੀ ਬੱਚਿਆਂ ਨੂੰ ਤਾਜ਼ਾ ਬਣਾ ਕੇ ਟਿਫਨ ਦੇ ਤਾ, ਆਪ ਰਾਤ ਦੀ ਬਈ ਜਿਹੜੀ ਬਾਸੀ ਚੀਜ਼ ਖਾ ਲਈਏ। ਦੇਖਿਆ ਕਰੋ ਕਿ ਅਸੀਂ ਆਪਣੇ ਪੇਟ ਦੇ ਅੰਦਰ ਕੀ ਸੁੱਟ ਰਹੇ ਹਾਂ, ਆਪਣੇ ਪੇਟ ਦਾ ਖਾਸ ਧਿਆਨ ਰੱਖਿਆ ਕਰੋ, ਕਿਉਂਕਿ ਆਪਣੀ ਬਾਡੀ ਤੁਹਾਡੇ ਨਾਲ ਆ ਤੇ ਫਿਰ ਹੀ ਸਾਰੇ ਰਿਸ਼ਤੇ ਆ। ਜਦੋਂ ਤੁਹਾਡੀ ਬਾਡੀ ਤੁਹਾਨੂੰ ਜਵਾਬ ਦੇਗੀ ਤੇ ਕੋਈ ਵੀ ਰਿਸ਼ਤਾ ਤੁਹਾਡੇ ਨਾਲ ਨਹੀਂ ਨਿਭਣਾ। ਸੋ ਖਾਸ ਧਿਆਨ ਰੱਖਿਆ ਕਰੋ। ਆਪਾਂ ਲੋਕ ਆਮ ਕੀ ਕਰਦੇ ਹਾਂ, ਪੇਟ ਦੇ ਅੰਦਰ ਆਹ ਵੀ ਚੀਜ਼ ਸੁੱਟ ਲਓ, ਉਹ ਵੀ ਚੀਜ਼ ਸੁੱਟ ਲਓ, ਉਹਨੂੰ ਪੂਰਾ ਐ ਤੰਗ ਕਰ ਛੱਡਦੇ ਆ, ਤੇ ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਤੰਗ ਕਰਦਾ ਵਾ ਤੇ ਫਿਰ ਆਪਾਂ ਕਹਿੰਦੇ ਜੀ ਸਾਨੂੰ ਆਹ ਪ੍ਰੋਬਲਮ ਹੋ ਗਈ, ਆਹ ਪ੍ਰੋਬਲਮ ਹੋ ਗਈ। ਆਪਣੇ ਪੇਟ ਦੇ ਆਪਣੀ ਬਾਡੀ ਦੇ ਜਿਹੜੇ ਦੋਸਤ ਬਣਨਾ ਨਾ ਕਿ ਦੁਸ਼ਮਣ, ਇਹ ਚੈੱਕ ਕਰਿਆ ਕਰੋ ਕਿ ਅਸੀਂ ਆਪਣੀ ਬਾਡੀ ਦੇ ਅੰਦਰ ਕੀ ਸੁੱਟ ਰਹੇ ਹਾਂ। ਵੀ ਆਪਾਂ ਮੋਰਿੰਗੇ ਦਾ ਕੰਮ ਸ਼ੁਰੂ ਕਰਿਆ ਕਿਉਂ ਸੀ? ਕਾਰਨ ਇਹਦਾ ਇਹੀ ਸੀ ਵੀ ਆਪਾਂ ਹਰ ਇੱਕ ਨੂੰ ਸੌਖਾ ਕਰਨਾ। ਜੀ ਜੀ, ਜੇ ਹੁਣ ਆਪਾਂ ਇਹੀ ਗੱਲ ਕਹੀ ਜਾਵਾਂਗੇ ਸਾਤੋਂ ਮੁੱਲ ਲੈ ਕੇ ਖਾ ਲਓ, ਮੈਂ ਨਹੀਂ ਕਹਿੰਦਾ ਹੈਗਾ ਸਾਤੋਂ ਹੀ ਮੁੱਲ ਲੈ ਕੇ ਖਾਓ ਤੁਸੀਂ। ਜੀ ਜੀ, ਤੁਸੀਂ ਇਹਦਾ ਆਪਦੇ ਘਰ ਪੌਦਾ ਲਾਓ, ਪਰ ਲਾਓ ਇਹਦੀ ਕੁਆਲਿਟੀ PKM1। ਜੇ ਤੁਹਾਨੂੰ ਪੰਜਾਬ 'ਚ ਕਿਤੋਂ ਨਹੀਂ ਮਿਲਦੀ ਇਹ ਕੁਆਲਿਟੀ ਤਾਂ ਤੁਸੀਂ ਮੇਤੋਂ ਵੀ ਪੌਦਾ ਲਿਜਾ ਸਕਦੇ ਆ। ਜੀ, ਬਾਕੀ ਤੁਸੀਂ ਪੌਦਾ ਜਿਹੜਾ ਵਾ ਉਹ ਕਿਤੇ ਵੀ ਲੈ ਸਕਦੇ ਹੋ। ਜੇ ਤੁਹਾਨੂੰ ਪੰਜਾਬ ਦੇ ਵਿੱਚ ਕਿਤੇ ਨਹੀਂ ਮਿਲ ਰਿਹਾ ਤੇ ਤੁਸੀਂ ਭਾਰੀ ਨਾਲ ਸੰਪਰਕ ਕਰਕੇ ਇਹਨਾਂ ਕੋਲ ਜਿਹੜਾ ਬੂਟਾ ਤੁਸੀਂ ਲੈ ਕੇ ਜਾ ਸਕਦੇ ਹੋ, ਕਿਉਂਕਿ ਬੂਟਾ ਜਿਹੜਾ ਉਹ ਕੋਰੀਅਰ ਮੈਨੂੰ ਲੱਗਦਾ ਖਰਾਬ ਹੋ ਜਾਊਗਾ। ਕੋਰੀਅਰ ਖਰਾਬ ਪਿਛਲੀ ਵਾਰ ਕਰੇ ਸੀ ਜੀ ਆਪਾਂ, ਕੋਰੀਅਰ ਖਰਾਬ ਹੋ ਗਏ ਸੀ। ਜਿੰਨੂੰ ਜ਼ਰੂਰਤ ਆ, ਜਿੰਨੂੰ ਕਿ ਆਪਣੀ ਸਿਹਤ ਦੀ ਫਿਕਰ ਆ, ਆਪਣੀ ਫੈਮਿਲੀ ਦੀ ਫਿਕਰ ਆ, ਉਹ ਕੱਲਾ ਬੂਟਾ ਇੱਕ ਬੰਦੇ ਵਾਸਤੇ ਨਹੀਂ ਆ, ਪੂਰੇ ਤੁਹਾਡੇ ਪਰਿਵਾਰ ਨੂੰ ਜਿਹੜਾ ਉਹ ਠੀਕ ਕਰ ਸਕਦਾ। ਸੋ ਉਹਦੇ ਵਾਸਤੇ ਤੁਸੀਂ ਇੰਨਾ ਕੁ ਕਰ ਸਕਦੇ ਹੋ ਕਿ ਭਾਜੀ ਨਾਲ ਸੰਪਰਕ ਕਰਕੇ ਇਹਨਾਂ ਕੋਲ ਮੰਗਾ ਸਕਦੇ ਹੋ। ਅਦਰਵਾਈਜ਼ ਤੁਹਾਨੂੰ ਜੇ ਉਹ ਕੁਆਲਿਟੀ ਕਿਤਿਓ ਵੀ ਮਿਲਦੀ ਤੁਸੀਂ ਲਿਆ ਕੇ ਉਹਨੂੰ ਬੂਟੇ ਨੂੰ ਲਾ ਸਕਦੇ ਹੋ। 7-8 ਫੁੱਟ ਤੱਕ ਉਹ ਬੂਟੇ ਨੂੰ ਰਹਿਣ ਦੇਣਾ, ਆਪਾਂ ਉਸ ਤੋਂ ਬਾਅਦ ਫਿਰ ਉਹਦੀ ਕਟਿੰਗ ਕਰ ਦੇਣੀ ਹੈ, ਯਾਨੀ ਕਿ ਬੂਟਾ ਜਿਹੜਾ ਵਧਣ ਨਹੀਂ ਦੇਣਾ ਤੇ ਉਹਦੀ ਨਿਊਟ੍ਰੀਸ਼ਨ ਮਾਤਰਾ ਜਿਹੜੀ ਉਦਾਂ ਹੀ ਕਾਇਮ ਰਹੂਗੀ। ਬਾਕੀ ਤੁਸੀਂ ਇਹ ਸਮਝਦੇ ਹੋਗੇ, ਕਈ ਲੋਕ ਹੁਣ ਵੀਡੀਓ ਦੇਖਦੇ, ਕਮੈਂਟ ਵੀ ਕਈਆਂ ਨੇ ਮੈਨੂੰ ਲੱਗਦਾ ਵਿੱਚ ਵੀਡੀਓ ਤੇ ਕਰਤਾ ਹੋਊਗਾ ਕਿ ਮੈਡਮ ਤੁਸੀਂ ਆਪਦੀ ਸੇਲ ਬਣਾਈ ਆ, ਤੁਸੀਂ ਇਦਾਂ ਕਰਦੇ ਹੋ, ਉਦਾਂ ਆਪਾਂ ਤੁਹਾਨੂੰ ਬਾਰ ਬਾਰ ਕਹਿੰਦੇ ਹਾਂ ਕਿ ਤੁਸੀਂ ਕਿਤਿਓ ਵੀ ਇਹ ਚੀਜ਼ ਲੈ ਸਕਦੇ ਹੋ, ਪਰ ਜਿਹੜੀ ਅਸੀਂ ਚੀਜ਼ ਦੱਸ ਰਹੇ ਹਾਂ ਵੀ ਆਹ ਬਿਮਾਰੀ ਠੀਕ ਕਰਦੀ ਆ, ਉਹ ਚੀਜ਼ ਜਿਹੜੀ ਇਹ ਚੀਜ਼ ਦੇ ਨਾਲ ਹੀ ਠੀਕ ਹੋਣੀ, ਯਾਨੀ ਕਿ ਮੋਰਿੰਗਾ ਓਲੀਫੇਰਾ ਦੇ ਨਾਲ ਹੀ ਠੀਕ ਹੋਣੀ ਆ, ਨਾ ਕਿ ਤੁਸੀਂ ਆਮ ਸੁਹੰਜਣੇ ਦਾ ਡੱਬਾ ਲੈ ਕੇ ਤੁਸੀਂ ਖਾ ਲਓ ਤੇ ਫਿਰ ਤੁਸੀਂ ਚੁੱਕ ਫੋਨ ਕਰੋ ਚਾਹੇ ਮੈਸੇਜ ਕਰੋ ਕਿ ਮੈਂ ਆਹ ਮੈਡਮ ਜੀ ਆਹ ਜਿਹੜੀ ਪ੍ਰੋਬਲਮ ਆ ਉਹ ਠੀਕ ਨਹੀਂ ਹੋਈ। ਸੋ ਜੇ ਤੁਸੀਂ ਭਾਜੀ ਕੋਈ ਚੀਜ਼ ਮੰਗਵਾਉਣੀ ਆ, ਯਾਨੀ ਕਿ ਪਾਊਡਰ ਦਾ ਜਿਹੜਾ ਵਾ ਉਹ ਪੈਕਟ ਮੰਗਵਾਉਣਾ ਵਾ, ਤੇ ਉਹ ਤੁਸੀਂ ਭਾਜੀ ਤੁਹਾਨੂੰ ਦੱਸ ਸਕਦੇ ਆ ਵੀ ਕਿੱਦਾਂ ਤੁਹਾਨੂੰ ਭੇਜਣਗੇ ਤੇ ਕਿੰਨੇ ਦੇ ਵਿੱਚ ਤੁਹਾਨੂੰ ਉਹ ਮਿਲੇਗਾ। ਤੇ ਬਾਕੀ ਇਹ ਕਿਉਂ ਬੰਦ ਕਰ ਦਿੱਤਾ ਉਹ ਭਾਜੀ ਤੁਹਾਨੂੰ ਦੱਸ ਦੇਣਗੇ। ਜੀ, ਇਹਦੇ 'ਚ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਵਾਂ ਵੀ ਇਹਦੇ ਵਿੱਚ 3 ਸਾਲ ਦੀ ਡੇਟ ਲਿਖੀ ਜਾਂਦੀ ਆ ਜੀ। 3 ਸਾਲ ਮੋਰਿੰਗਾ ਓਲੀਫੇਰਾ ਦੇ ਪੱਤੇ ਕਦੇ ਰਹਿ ਹੀ ਨਹੀਂ ਸਕਦੇ ਜੀ, ਉਹਨਾਂ ਨੇ ਖਰਾਬ ਹੋਣਾ, ਕਿਉਂਕਿ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਪੈਂਦਾ ਹੁੰਦਾ ਜੀ। ਮੋਰਿੰਗੇ ਦੇ ਪੱਤਿਆਂ ਦਾ ਪਾਊਡਰ ਹੁੰਦਾ ਵਾ, ਨਾ ਕਿ ਹੋਰ ਕਿਸੇ ਚੀਜ਼ ਦਾ, ਜੜ ਦਾ ਜਾਂ ਹੋਰ ਕਿਸੇ ਦਾ। ਇਹਦਾ ਬੰਦ ਕਰਨ ਦਾ ਕਾਰਨ ਇਹ ਸੀਗਾ ਵੀ ਸਾਡੇ ਲੋਕ ਅੱਜ ਕੱਲ੍ਹ ਕਹਿੰਦਾ ਡੱਬਾ ਬੰਦ ਚੀਜ਼ 'ਤੇ ਲੱਗੇ ਹੋਏ ਆ ਜੀ, ਸਿਰਫ ਇਹੀ ਸੋਚਦੇ ਆ ਵੀ ਜੇ ਕੰਪਨੀ ਨੇ ਤਿਆਰ ਕਰਿਆ ਵਾ ਤਾਂ ਹੀ ਅਸਲੀ ਆ, ਜੋ ਮਹਿੰਗਾ ਪੈਂਦਾ ਸੀ ਜੀ, ਕਿਉਂਕਿ ਇਹਦੇ ਵਿੱਚ ਸਾਰੇ ਟੈਕਸ ਜਾਣੇ ਆ, ਡੱਬਾ ਲੱਗਣਾ, ਸਾਰਾ ਕੁਝ ਲੇਬਰ ਲੱਗਣੀ ਆ, ਤਾਂ 1080 ਦਾ ਪੈਂਦਾ ਸੀ ਤੁਹਾਨੂੰ 300 ਗ੍ਰਾਮ। ਇਹਦਾ ਰੇਟ ਘਟਾਉਣ ਲਈ ਜਿਵੇਂ ਤੁਸੀਂ ਉਦੋਂ ਕਿਹਾ ਵੀ ਰੇਟ ਘਟਾਓ ਜੀ ਇਹ ਚੀਜ਼ ਦਾ, ਤਾਂ ਅਸੀਂ ਫਿਰ ਇਹ ਸੋਚਿਆ ਵੀ ਜਦੋਂ ਅਸੀਂ ਆਪਣੇ ਖੇਤ ਦੇ ਵਿੱਚੋਂ ਚੀਜ਼ ਤਿਆਰ ਕਰਨੀ ਆ, ਅਸੀਂ ਕੰਪਨੀ 'ਚ ਪੈਕ ਕਰਦੇ ਹਾਂ ਉਹਨੂੰ, ਤਾਂ ਸਾਡਾ ਉਹਦੇ 'ਤੇ ਖਰਚਾ ਕਿੰਨਾ ਆਉਂਦਾ ਜੀ ਜੀ। ਅਸੀਂ ਉਹ ਸਾਰੀਆਂ ਚੀਜ਼ਾਂ ਖਤਮ ਕਰਕੇ ਸਿਰਫ ਤੇ ਸਿਰਫ ਆਪਦੇ ਖੇਤ 'ਚੋਂ ਤੋੜਿਆ, ਤਿਆਰ ਕਰਿਆ ਤੇ ਸਿੱਧਾ ਪੋਲੀਥਨ 'ਚ ਪਾਤਾ, ਕਿਉਂਕਿ 5-4 ਕਿਲੋ ਤਿਆਰ ਕਰਿਆ, ਨਾਲ ਦੀ ਨਾਲ ਸੇਲ ਹੋ ਗਿਆ, ਫਿਰ ਤਿਆਰ ਕਰ ਲਿਆ, ਹੁਣ ਇਹਨੂੰ ਲੰਬਾ ਟਾਈਮ ਰੱਖਣਾ ਪੈਂਦਾ ਜੀ ਸਾਨੂੰ ਡੱਬੇ ਨੂੰ। ਇਸ ਕਰਕੇ ਜੀ ਤੁਹਾਡੇ ਬ੍ਰਾਂਡ ਵਾਲਾ ਵੀ ਸ਼ੱਕ ਕੱਢਤਾ ਵਾ, ਬ੍ਰਾਂਡ ਵੀ ਸਾਡਾ ਆਪਦਾ ਹੀ ਸੀਗਾ ਇਹ, ਤੇ ਹੁਣ ਅਸੀਂ ਇਹ 'ਚ ਲੈ ਕੇ ਆਉਂਦੇ ਹਾਂ, ਇਹ ਵੀ ਸਾਡਾ ਆਪਦਾ ਹੀ ਆ, ਪਰ ਇਹ ਆ ਵੀ ਉਹਦੇ ਨਾਲੋਂ ਕੁਆਲਿਟੀ ਇਹਦੀ ਜ਼ਿਆਦਾ ਰਹੂਗੀ। ਕਾਰਨ ਕੀ ਵੀ ਉਹ ਲੰਬਾ ਸਮਾਂ ਪਿਆ ਰਹਿਣਾ ਸੀ ਤੇ ਤਾਜ਼ਾ ਚਲੇ ਜਾਣਾ ਸੀ ਜੀ ਜੀ, ਇਹ ਫਰਕ ਹੈ। ਤੇ ਇਹਦਾ ਕੀ ਪ੍ਰਾਈਸ ਆ ਭਾਜੀ? ਹੁਣ ਇਹ ਪਹਿਲਾਂ ਵਾਲਾ ਹੁੰਦਾ ਸੀ ਜੀ 1080 ਦਾ, ਹੁਣ ਇਹ ਹੈਗਾ 300 ਗ੍ਰਾਮ
ਕਈ ਵਾਰ ਤਾਂ 4 ਮੰਥ ਵੀ ਚਲੇ ਜਾਂਦਾ ਉਹ ਖਾਣ ਵਾਲੇ ਤੇ ਡਿਪੈਂਡ ਕਰਦਾ ਵੀ ਉਹਦੀ ਡੋਜ਼ ਕਿੰਨੀ ਆ ਜੀ ਜੀ ਅਸੀਂ ਤਾਂ ਹੁਣ ਆਪਦੇ ਹਿਸਾਬ ਨਾਲ ਦੱਸਦੇ ਆ ਵੀ ਚਮਚੇ ਚੌਥਾ ਹਿੱਸਾ ਜਾਂ ਅੱਧੇ ਹਿੱਸੇ ਅੱਧੇ ਚਮਚੇ ਦੇ ਹਿਸਾਬ ਨਾਲ ਦੱਸਿਆ ਮੈਂ ਤਾਂ ਵੀ ਇੰਨਾ ਚਲੇ ਜਾਂਦਾ ਕਿਉਂਕਿ ਹਰ ਬੰਦੇ ਦੀ ਬੋਡੀ ਦੇ ਅਨੁਸਾਰ ਖਾਦਾ ਜਾਣਾ ਜੀ ਜੀ ਇਸ ਤਰ੍ਹਾਂ ਹੁੰਦਾ ਹੈ ਜੇ ਕਿਸੇ ਨੇ ਮੰਗਵਾਉਣਾ ਹੋਵੇ ਤਾਂ ਸਾਨੂੰ ਮੈਸੇਜ ਕਰ ਦੇਣ ਤੇ ਅਸੀਂ ਇਹਨੂੰ ਭੇਜ ਦਿੰਦੇ ਨੇ ਪੋਸਟ ਆਫਿਸ ਪਰ ਇੱਕ ਗੱਲ ਮੈਂ ਤੁਹਾਨੂੰ ਸਾਫ਼ ਕਲੀਅਰ ਕਰਦਾ ਜੀ ਪੇਮੈਂਟ ਅਸੀਂ ਹੁਣ ਪਹਿਲਾਂ ਲੈਨੇ ਆ ਜੀ ਇਹ ਤੁਸੀਂ ਕਹੋ ਵੀ ਖਰੀ ਗੱਲ ਕਰ ਰਹੇ ਆ ਕਿਉਂਕਿ ਕਈ ਇਹੋ ਜਿਹੇ ਉਲਝਾ ਚੁੱਕੇ ਨੇ ਵੀ ਫੋਨ ਕਰਦੇ ਨੇ ਭਾਜੀ ਨੂੰ ਕਿ ਭਾਜੀ ਸਾਨੂੰ ਆਹ ਦਿੱਕਤ ਆ ਤੇ ਭਾਜੀ ਦੀ ਆਹ ਤਾਂ ਕਹਿ ਦੇਣਗੇ ਮੈਂ ਦਵਾਈ ਬਣਾ ਦੂੰਗਾ ਦਵਾਈ ਬਣਾ ਕੇ ਰੱਖੀ ਹੋਈ ਆ ਦੇਖੋ ਇਹ ਦੇਸੀ ਦਵਾਈਆਂ ਜਿਹੜੀਆਂ ਸਸਤੀਆਂ ਨਹੀਂ ਬਣਦੀਆਂ ਇਹਨਾਂ ਨੂੰ ਪਹਿਲਾਂ ਸਾਰੀਆਂ ਨੂੰ ਜੜੀਆਂ ਬੂਟੀਆਂ ਨੂੰ ਇਕੱਠਿਆ ਕਰਨਾ ਫਿਰ ਵਾਸ਼ ਕਰਨਾ ਫਿਰ ਉਹ ਮੈਡੀਸਿਨ ਬਣਾਉਣੀ ਮਹਿੰਗੀ ਵੀ ਪੈਂਦੀ ਟਾਈਮ ਵੀ ਜਾਂਦਾ ਉਸ ਤੋਂ ਬਾਅਦ ਉਹ ਫੋਨ ਵੀ ਨਹੀਂ ਚੱਕਦੇ ਨਾ ਫੋਨ ਕਰਦੇ ਆ ਨਾ ਲੈ ਕੇ ਜਾਂਦੇ ਆ ਅਲਮਾਰੀ ਭਰੀ ਪਈ ਆ ਜੀ ਦਵਾਈਆਂ ਦੀ ਸੋ ਇਸ ਕਰਕੇ ਜਿਹਨੇ ਪ੍ਰੋਬਲਮ ਆ ਜਿਹਨੂੰ ਉਹ ਪਹਿਲਾਂ ਆਪਣਾ ਜਿਹੜਾ ਪ੍ਰੋਬਲਮ ਦੱਸੇ ਫਿਰ ਉਹ ਮੈਡੀਸਿਨ ਜੇ ਲੈਣੀ ਹੈ ਤਾਂ ਉਹਦਾ ਪਹਿਲਾਂ ਪੈਸੇ ਜਿਹੜੇ ਉਹ ਪਾਏ ਜਾਣ ਤੇ ਉਸ ਤੋਂ ਬਾਅਦ ਜਿਹੜੀ ਮੈਡੀਸਿਨ ਭੇਜੀ ਜਾਊਗੀ ਬਾਕੀ ਕਈਆਂ ਨੇ ਜਿਹੜਾ ਯਕੀਨ ਤੋੜਿਆ ਵਾ ਸੋ ਯਕੀਨ ਤੁਸੀਂ ਕਰਕੇ ਰੱਖੋ ਅਸੀਂ ਬੈਠੇ ਹਾਂ ਚੈਨਲ ਵਾਸਤੇ ਐ ਨਹੀਂ ਵੀ ਜੇ ਤੁਸੀਂ ਕਹੋ ਵੀ ਭਾਜੀ ਐ ਸਾਨੂੰ ਪਤਾ ਨਹੀਂ ਦਵਾਈ ਭੇਜਣਗੇ ਕਿ ਨਾ ਭੇਜਣਗੇ ਇਹੋ ਜਿਹੀ ਕੋਈ ਗੱਲ ਨਹੀਂ ਆ ਸਾਡਾ ਚੈਨਲ ਆ ਯੂਟਿਊਬ ਤੇ ਪੂਰੇ ਵਰਲਡ ਦੇ ਵਿੱਚ ਆ ਸੋ ਜੇ ਤੁਸੀਂ ਲੈਣ ਆਉਣਾ ਭਾਜੀ ਕੋ ਉਹ ਵੀ 2 ਦਿਨ ਪਹਿਲਾਂ ਇਹਨਾਂ ਦੇ ਨਾਲ ਸੰਪਰਕ ਕਰਿਓ ਜੇ ਇਹਨਾਂ ਕੋਲ ਟਾਈਮ ਹੋਊਗਾ ਫਿਰ ਉਸ ਹਿਸਾਬ ਨਾਲ ਤੁਹਾਨੂੰ ਟਾਈਮ ਦੱਸ ਦੇਣਗੇ ਤੁਸੀਂ ਮੈਡੀਸਿਨ ਆ ਕੇ ਵੀ ਲੈ ਕੇ ਜਾ ਸਕਦੇ ਹੋ ਨਹੀਂ ਅਸਰ ਹੁੰਦਾ ਉਸ ਤੋਂ ਬਾਅਦ ਵੀ ਤੁਸੀਂ ਭਾਜੀ ਨਾਲ ਗੱਲ ਕਰ ਸਕਦੇ ਹੋ ਵੀ ਇਸ ਚੀਜ਼ ਦਾ ਸਾਨੂੰ ਕੋਈ ਫਰਕ ਨਹੀਂ ਪਿਆ ਉਹ ਚੀਜ਼ ਦਾ ਜਿਹੜਾ ਅੱਗੇ ਭਾਜੀ ਆਪਣੇ ਆਪ ਤੁਹਾਡਾ ਇਲਾਜ ਕਰਨਗੇ ਵੀ ਕਿਸ ਤਰ੍ਹਾਂ ਕਿਹੜੀ ਚੀਜ਼ ਰਹਿ ਗਈ ਆ ਪੂਰੀ ਜਾਣਕਾਰੀ ਲੈਣੀ ਪੈਂਦੀ ਆ ਵੀ ਕੀ ਦਿੱਕਤ ਆ ਤੁਹਾਨੂੰ ਕਾਹਦੇ ਵਾਸਤੇ ਆ ਕਾਹਦੇ ਕਾਰਨ ਹੋਈ ਆ ਕਈ ਕਾਰਨ ਜਾਣਨੇ ਪੈਂਦੇ ਆ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਸਿਰ ਦੁਖਦਾ ਤੇ ਤੁਸੀਂ ਕੋਈ ਸਿਰ ਦੁੱਖ ਦੇ ਵਾਸਤੇ ਅਸੀਂ ਖਾਣਾ ਵਾ ਸਿਰ ਕਿਉਂ ਦੁਖਦਾ ਵਾ ਕਾਹਦੇ ਵਾਸਤੇ ਉਹ ਪ੍ਰੋਬਲਮ ਤੁਹਾਨੂੰ ਆ ਰਹੀ ਹੈ ਉਹ ਪਹਿਲਾਂ ਡਿਟੇਲ 'ਚ ਭਾਜੀ ਨੂੰ ਦੱਸਣੀ ਪਊਗੀ ਸੋ ਆਪਾਂ ਸਾਰੀ ਜਿਹੜੀ ਮੋਰਿੰਗਾ ਵਾਲੀ ਫਿਰ ਇਹਦੇ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ ਇਹ ਕਿਹੜੀ ਕਿਹੜੀ ਬਿਮਾਰੀ ਵਾਸਤੇ ਖਾਧਾ ਜਾਂਦਾ ਕਿਸ ਤਰ੍ਹਾਂ ਖਾਣਾ ਵਾ ਉਹ ਤੁਸੀਂ ਜਿਹੜਾ ਵਾ ਕੱਲੀ ਕੱਲੀ ਬਿਮਾਰੀ ਦਾ ਆਪਾਂ ਦੱਸਿਆ ਹੋਇਆ ਪਿਛਲੀ ਵੀਡੀਓ ਦੇ ਵਿੱਚ ਪੂਰੀ 1 ਘੰਟੇ ਦੀ ਵੀਡੀਓ ਬਣੀ ਆ ਸੋ ਹੁਣ ਆਪਾਂ ਜਿਹੜਾ ਡਿਟੇਲ ਦੇ ਵਿੱਚ ਦੱਸਣ ਲੱਗ ਗਏ ਤੇ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਕਿਉਂਕਿ ਆਮ ਲੋਕ ਕਹਿ ਦਿੰਦੇ ਵੀਡੀਓ ਲੰਬੀ ਕਰਦੇ ਜੇ ਬਾਕੀ ਐਂਡ ਸਕਰੀਨ ਤੇ ਆਪਾਂ ਉਹ ਜਿਹੜੀ ਵੀਡੀਓ ਉਹ ਲਗਾ ਦਾਂਗੇ ਤੇ ਤੁਸੀਂ ਉਸ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਵੀਡੀਓ 'ਚ ਵੀ ਜੇ ਤੁਸੀਂ ਪੂਰੀ ਜਾਣਕਾਰੀ ਲੈਣੀ ਹੈ ਤੇ ਪੂਰੀ ਵੀਡੀਓ ਦੇਖਿਓ ਜੇ ਸਕਿਪ ਨਾ ਕਰਿਓ ਜੇ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਕਿਪ ਕਰਕੇ ਇੱਥੋਂ ਤੱਕ ਆ ਗਿਆ ਜੇ ਪਲੀਜ਼ ਜਾਣਕਾਰੀ ਲੈਣੀ ਹੈ ਤੇ ਪੂਰੀ ਵੀਡੀਓ ਦੇਖਿਓ ਜੇ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਉਹ ਜਾਣਕਾਰੀ ਹੀ ਦਿੱਤੀ ਗਈ ਹੋਗੀ ਤੁਹਾਡੀ ਸਿਹਤ ਵਾਸਤੇ ਆਪਾਂ ਗਾਣਿਆਂ ਵਾਸਤੇ ਫਿਲਮਾਂ ਵਾਸਤੇ ਇੰਨਾ ਟਾਈਮ ਕੱਢਦੇ ਆ ਤੇ ਤੁਸੀਂ 15 ਮਿੰਟ ਆਪਣੀ ਸਰੀਰ ਦੀ ਜਾਣਕਾਰੀ ਲੈਣ ਵਾਸਤੇ ਵੀ ਕੱਢ ਸਕਦੇ ਹੋ ਸੋ ਪੂਰੀ ਜਾਣਕਾਰੀ ਲਿਓ ਜੇ ਤਾਂ ਹੀ ਤੁਹਾਨੂੰ ਫਾਇਦਾ ਹੋਊਗਾ ਮੋਰਿੰਗੇ ਦੇ ਵਿੱਚ ਕਿਹੜੇ ਕਿਹੜੇ ਵਿਟਾਮਿਨ ਨੇ ਇਹਦੀ ਪੂਰੀ ਡਿਟੇਲ ਦੇ ਵਿੱਚ ਤੁਸੀਂ ਜਾਣਕਾਰੀ ਲੈਣੀ ਆ ਭਾਜੀ ਦਾ ਚੈਨਲ ਆ ਉਹਦੇ ਤੇ ਤੁਸੀਂ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਇਸ ਤੋਂ ਅਗਲੀਆਂ ਜਿਹੜੀਆਂ ਵੀਡੀਓ ਉਹ ਵੀ ਤੁਹਾਡੀ ਜਾਣਕਾਰੀ ਵਾਸਤੇ ਹੀ ਆਉਣਗੀਆਂ ਯਾਨੀ ਕਿ ਇੱਕ ਤਾਂ ਪਹਿਲਾਂ ਆਪਾਂ ਸ਼ੂਗਰ ਵਾਲੀ ਵੀਡੀਓ ਬਣਾਵਾਂਗੇ ਇੱਕ ਆਪਾਂ ਨੂੰ ਕਮੈਂਟ ਆ ਰਿਹਾ ਸੀ ਅੱਗੇ ਮੈਡਮ ਜਿਹੜੇ ਚਿਹਰੇ ਤੇ ਅਣਚਾਹੇ ਵਾਲ ਆਉਂਦੇ ਨੇ ਉਹਨਾਂ ਵਾਸਤੇ ਆਪਾਂ ਜਿਹੜੀ ਡਿਟੇਲ ਦੇ ਵਿੱਚ ਵੀਡੀਓ ਸਾਰੀ ਬਣਾਵਾਂਗੇ ਮੋਟਾਪੇ ਤੇ ਵੀਡੀਓ ਬਣਾਵਾਂਗੇ ਯਾਨੀ ਕਿ ਜਾਣਕਾਰੀ ਵਾਲੀਆਂ ਹੀ ਆਪਾਂ ਤੁਹਾਨੂੰ ਵੀਡੀਓ ਜਿਹੜੀ ਜਲਦੀ ਤੋਂ ਜਲਦੀ ਤਿਆਰ ਕਰਕੇ ਦਵਾਂਗੇ ਸੋ ਵੀਡੀਓ ਸਾਰੇ ਇਹਦੇ ਵਿੱਚ ਬਣੇ ਰਹੋ ਸਾਰੀਆਂ ਵੀਡੀਓ ਦੇਖਿਓ ਜੇ ਹੁਣ ਇੱਥੇ ਆਪਾਂ ਵੀਡੀਓ ਦਾ ਐਂਡ ਕਰਾਂਗੇ ਜੇ ਵੀਡੀਓ ਚੰਗੀ ਲੱਗੀ ਤੇ ਜ਼ਿਆਦਾ ਜ਼ਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤਾਂ ਕਿ ਹੋਰ ਲੋੜਵੰਦਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜਿਹੜੇ ਕਿ ਇੰਨੇ ਇੰਨੇ ਪੈਸੇ ਦੇ ਕੇ ਹਸਪੀਟਲਾਂ ਦੇ ਵਿੱਚ ਆਪਣੇ ਆਪ ਨੂੰ ਲਟਾ ਰਹੇ ਨੇ ਤੇ ਜੇ ਠੀਕ ਹੋਣਾ ਤੇ ਤੁਸੀਂ ਇਹ ਜਾਣਕਾਰੀ ਲੈ ਕੇ ਤੇ ਇਹਦਾ ਇਸਤੇਮਾਲ ਕਰਕੇ ਤੁਸੀਂ ਠੀਕ ਹੋ ਸਕਦੇ ਹੋ ਸੋ ਇਸ ਵੀਡੀਓ ਦਾ ਕਰਦੇ ਇੱਥੇ ਐਂਡ ਮਿਲਦੇ ਹਾਂ ਇੱਕ ਨਵੀਂ ਵੀਡੀਓ ਤਦ ਤੱਕ ਲਈ ਬਾਏ।